ਸਾਡੇ ਇੱਥੇ ਮੁੰਡੇ ਵੰਡਣ ਵਾਲੇ ਕਈ ਹੈਗੇ ਆ ਧਾਰਮਿਕ ਸਥਾਨ, ਮੁੰਡੇ ਵੰਡਦੇ ਆ। ਮੁੰਡੇ ਵੰਡਣ ਵਾਲੇ ਉਹ ਕੀ ਕਹਿੰਦੇ ਆ ਵੀ ਇੱਥੇ ਸ੍ਰੀ ਬੰਨ ਜਾਓ, ਜਿਹਦੇ ਮੁੰਡਾ ਹੋ ਗਿਆ ਬੀਬੀ ਸ੍ਰੀ ਬੰਨ, ਹਾਂ ਜਿਹਦੇ ਮੁੰਡਾ ਹੋ ਗਿਆ ਤੂੰ ਇੱਥੇ ਕਿੱਲਾ ਗੱਡ ਗੱਡ, ਇਹੋ ਜਿਹੀਆਂ ਹੈਗੀਆਂ ਨੇ। ਹੁਣ ਜਿਨ੍ਹਾਂ ਦੇ ਤਾਂ ਹੋ ਗਏ ਮੁੰਡੇ ਉਹ ਤਾਂ ਉੱਥੇ ਜਾਵੜੀਆਂ, ਕਿੱਲਾ ਵੀ ਗੱਡਿਆ ਜਾਂ ਸ੍ਰੀ ਵੀ ਬੰਨਿਆ ਜਾਂ ਤਾਂ ਦਾਦਾ ਬਣਾ ਲਏ ਨੇ। ਜਿਨ੍ਹਾਂ ਦੇ ਹੋ ਗਈਆਂ ਕੁੜੀਆਂ ਉਹ ਨਹੀਂ ਗਈਆਂ ਉੱਥੇ। ਹੁਣ ਜੇ ਤਾਂ ਉੱਥੇ ਉਹ ਇਹ ਗੱਲ ਨਾਲ ਕਹਿੰਦਾ ਵੀ ਭਾਈ ਤੇਰੇ ਜੇ ਕੁੜੀ ਹੋ ਗਈ ਤਾਂ ਇੱਕ ਕਿੱਲਾ ਪੱਟ ਕੇ ਲੈ ਗਈ, ਹਾਂ ਜੇ ਤੇਰੇ ਕੁੜੀ ਹੋ ਗਈ ਇੱਕ ਸ੍ਰੀ ਖੋਲ੍ਹ ਕੇ ਲੈ ਗਈ, ਹਾਂ ਫਿਰ ਉੱਥੇ ਇੱਕ ਵੀ ਨਹੀਂ ਟੱਕਦਾ। ਉਹਨਾਂ ਦੀ ਸਟੇਜ ਤੋਂ ਜਾ ਕੇ ਮੈਂ ਸਵਾਲ ਕਰਕੇ ਆਇਆ, ਇੱਕ ਜੋਤਸ਼ੀ ਨੇ ਮੇਰਾ ਹੁਣ ਤੱਕ ਜਵਾਬ ਨਹੀਂ ਦਿੱਤਾ, ਨਾਲੇ ਮੇਰੀ ਕਿਤਾਬ ਲਿਖੀ ਵੀ ਹੈ, ਦਸ ਹੀ ਸਵਾਲ ਆ ਉਹਦੇ 'ਚ। ਪੁੱਛਿਆ ਕੀ ਆ ਵੀ ਜਨਮ ਕੁੰਡਲੀ ਦੇਖ ਕੇ ਦੱਸਣਾ ਮਰਦ ਦੀ ਔਰਤ ਦੀ ਆ ਕਿ ਖੁਸਰੇ ਦੀ ਆ, ਕਿੱਡਾ ਔਖਾ, ਤੁਹਾਡੀ ਸਾਰੀ ਜ਼ਿੰਦਗੀ ਦੱਸੀ ਜਾਂਦੀ ਹੈ। ਕੁਛ ਤਾਂ ਹੈ ਜਿਹੜਾ ਸਿਸਟਮ ਨੂੰ ਚਲਾ ਰਿਹਾ, ਅਜਿਹੀਆਂ ਕਰਾਮਾਤਾਂ ਕੋਈ ਕਰਨ ਵਾਲੀ ਸ਼ਕਤੀ ਤਾਂ ਬੈਠੀ ਹੈ, ਜਿਹੜੀ ਸੂਰਜ ਚੜ੍ਹਾਉਂਦੀ ਹੈ, ਚੰਨ ਚੜ੍ਹਾਉਂਦੀ ਹੈ, ਜਿਹੜੀ ਸਾਰਾ ਕੁਛ ਕਰਦੀ ਹੈ, ਜਿਹੜੀ ਕਿਸੇ 'ਤੇ ਖਾਸ ਕਿਰਪਾ ਵੀ ਰੱਖਦੀ ਹੈ, ਕੋਈ ਇਹੋ ਜਿਹੀ ਹੈ ਕਿ ਸਾਰੀਆਂ ਬਿਮਾਰੀਆਂ ਕਿਹਨੇ ਭੇਜੀਆਂ ਸਾਡੇ ਕੋਲ, ਚੇਚਕ ਕਿਹਨੇ ਭੇਜੀ, ਪਲੇਗ ਕਿਹਨੇ ਭੇਜੀ, ਜੇ ਉਹਦੇ ਬਿਨਾਂ ਮੈਂ ਪਤਾ ਨਹੀਂ ਹਿਲਦਾ ਫਿਰ ਉਹ ਬਿਮਾਰੀਆਂ ਕਿਹਨੇ ਭੇਜੀਆਂ, ਅਤੇ ਹਟਾਈਆਂ ਕਿਹਨੇ, ਆ ਕਰੋਨਾ ਕਿਹਨੇ ਭੇਜਿਆ, ਹਟਾਇਆ ਕਿਹਨੇ। ਜਦੋਂ ਉਹਨਾਂ ਦੇ ਬੱਚਾ ਨਹੀਂ ਹੁੰਦਾ ਉਦੋਂ ਉਹ ਜਾਂਦੇ ਆ ਫਿਰ ਆਪਦੇ ਜਿੱਥੇ ਉਹਨਾਂ ਦਾ ਆਸਰਾ, ਵੀ ਹੁਣ ਸਾਡੇ ਜੀ ਬੱਚਾ ਨਹੀਂ ਹੋਇਆ ਸਾਨੂੰ ਬੱਚਾ ਦੇ, ਜਾਂ ਸਾਡੇ ਕੁੜੀਆਂ ਹੋ ਗਈਆਂ ਸਾਨੂੰ ਮੁੰਡਾ ਦੇ, ਉਦੋਂ ਜਾਂਦੇ ਆ। ਅਤੇ ਜਦੋਂ ਬੰਦ ਕਰਨਾ ਉਦੋਂ ਕਦੋਂ ਨਹੀਂ ਜਾਂਦੇ, ਬੰਦ ਕਰਨ ਵਾਲੇ ਤਾਂ 98% ਨਾ ਉਹਦਾ ਕੋਈ ਸਾਹ ਤਵੀਤ ਦਿੰਦਾ, ਨਾ ਕੋਈ ਬਾਬਾ ਪੜ ਤੇ ਥਾਪੀ ਮਾਰਦਾ ਵੀ ਆ ਜਾਓ ਭਾਈ ਮੇਰੇ ਕੋਲ ਤਵੀਤ ਲੈ ਜਾਓ, ਬੱਚਾ ਬੰਦ ਹੋ ਜੂਗਾ। ਜੇ ਕੋਈ ਸ਼ਕਤੀ ਹੈ, ਸਾਡੀਆਂ 23 ਸ਼ਰਤਾਂ, ਸ਼ਰਤਾਂ ਕੀ ਆ ਵੀ ਕੋਈ ਪਾਣੀ 'ਤੇ ਚੱਲ ਕੇ ਵਿਖਾ ਸਕਦਾ ਹੋਵੇ, ਕੋਈ ਸ਼ਰਾਬ ਦਾ ਦੁੱਧ ਬਣਾ ਦੇਵੇ ਦੁੱਧ ਦੀ ਸ਼ਰਾਬ ਬਣਾ ਦੇਵੇ, ਕੋਈ 5 ਹੱਥਾਂ ਨੂੰ 10 ਹੱਥਾਂ ਨੂੰ ਦੇਖ ਕੇ ਔਰਤਾਂ ਦੇ ਅਤੇ ਮਰਦਾਂ ਦੇ ਦੱਸ ਦੇਵੇ 5 ਲੱਖ ਰੁਪਈਏ ਦਾ, ਇਹੋ ਜਿਹੀਆਂ ਸ਼ਰਤਾਂ ਸਾਡੀਆਂ 23। ਜਿਵੇਂ ਮਿੰਟੂ ਗੁਰੂ ਸਰਗੇ ਨੇ ਉਹਦੀ ਕਹਾਣੀ ਸੁਣਾਈ ਹੈ ਵੀ ਉਹ ਪਿਆ ਬੰਦਾ ਕੋਮਾ 'ਚ ਪਿਆ ਜਾਂ ਉਹ ਕੋਮਾ 'ਚੋਂ ਨਿਕਲ ਗਿਆ, ਜਿਹੜੇ ਬੰਦੇ ਨੇ ਉਹਨੂੰ ਦੁਬਾਰੇ ਸਮੋਹਿਤ ਕੀਤਾ ਉਹਨੂੰ ਸੈਲਫ ਸਮੋਹਣ ਦੀਆਂ ਉਹ ਢੰਗ ਤਰੀਕੇ ਦੱਸ ਗਿਆ ਵੀ ਤੂੰ ਸੈਲਫ ਸਮੋਹਿਤ ਹੋਣਾ ਤਾਂ ਐਂ ਹੋ ਸਕਦਾ। ਇਹ ਇੱਕ ਦਿਮਾਗੀ ਸਾਡੀ ਪ੍ਰਕਿਰਿਆ ਹੀ, ਮਤਲਬ ਇਹਦੇ 'ਚ ਕੋਈ ਇਹ ਨਹੀਂ ਗੱਲ ਵੀ ਉਹਦੇ ਕੋਈ ਦੈਵੀ ਸ਼ਕਤੀ ਵਾਲੇ ਦੇ ਗੈਬੀ ਸ਼ਕਤੀ ਵਾਲੇ ਦੇ ਆਉਣਗੀਆਂ ਜਾਂ ਦੂਜੇ, ਇਹ ਨਹੀਂ ਹੈ। ਜਿੰਨਾ ਚਿਰ ਸਾਨੂੰ ਇਹ ਵਹਿਮ ਪਾਇਆ ਵੀ ਕੋਈ ਕਰਾਮਾਤ, ਕੋਈ ਇਹਦੇ ਪਿੱਛੇ ਸ਼ਕਤੀ ਹੈ, ਕੋਈ ਉੱਤੋਂ ਕਲਮ ਲਿਖਦੀ ਹੈ, ਅਸੀਂ ਲੜਨ ਜੋਗੇ ਨਹੀਂ ਰਹਿੰਦੇ, ਸਾਡੀਆਂ ਬਾਹਾਂ ਕੱਟ ਦਿੰਦੇ ਆ। ਕੋਲਿਆਂ 'ਤੇ ਤੁਰ ਕੇ ਜੇ ਅੱਗ 'ਤੇ ਤੁਰ ਕੇ ਸਾਧ ਦਿਖਾਉਂਦੇ ਆ ਤਾਂ ਅਸੀਂ ਅੱਗ 'ਤੇ ਚੱਲ ਕੇ ਵਿਖਾਉਂਦੇ, ਠੀਕ ਹੈ, ਸਾਨੂੰ ਪਤਾ ਕਿਵੇਂ ਚੱਲਣਾ, ਉਹਨਾਂ ਨੂੰ ਵੀ ਪਤਾ ਕਿਵੇਂ ਚੱਲਣਾ, ਸਧਾਰਨ ਬੰਦਾ ਘਬਰਾਉਂਦਾ ਯਾਰ ਅੱਗ 'ਤੇ ਕਿਵੇਂ ਤੁਰਿਆ ਜਾਊਗਾ। ਜਿਹੜਾ ਧਾਰਮਿਕ ਪੱਖ ਆ ਉਹ ਤਾਂ ਸਾਡੇ ਜੰਮਦਿਆਂ ਦੇ ਮਾਂ ਸਾਡੇ ਦੁੱਧ ਦੇ ਰਾਹੀਂ ਵੀ ਸਾਡੇ ਅੰਦਰ ਭੇਜਦੀ, ਜਿਉਂ ਲੱਗਦੀ ਕਹਾਣੀਆਂ ਸੁਣਾਉਣ, ਸੰਤਾਂ ਦੀਆਂ ਸੁਣਾਤੀਆਂ, ਨੇੜੇ ਵਾਲਿਆਂ ਦੀਆਂ, ਫਲਾਣੇ ਦੀਆਂ ਸੁਣਾਤੀਆਂ, ਉਹ ਮੱਖੀ ਬਣ ਜਾਂਦਾ ਸੀ, ਉਹ ਉੱਡ ਜਾਂਦਾ ਸੀ, ਉਹਦਾ ਕਰਾਮਾਤ ਇੰਨੀ ਸੀ, ਉਹਦਾ ਐਂ ਕਰ ਦਿੰਦਾ ਸੀ, ਉਹ ਤਾਂ ਐਂ ਕਰਦਾ। ਜਿੰਨਾ ਮਰਜ਼ੀ ਵਿਰੋਧ ਕਰੀਆਂ ਜਿੱਦੇ ਪੈਂਦੀ ਆ ਉਦੇ ਇਹ ਵੀ ਇਹਨਾਂ ਦੀ ਵੀ ਚੀਕ ਨਿਕਲ ਜਾਂਦੀ ਹੈ। ਮੈਂ ਕਿਹਦੀ ਦੱਸੋ, ਸਾਨੂੰ ਦੱਸ ਦੇਣ ਕਿਹਦੀ ਨਿਕਲ ਗਈ ਤੀ, ਜਿਹੜੇ ਬਾਹਲੇ ਕਹਿੰਦੇ ਸਿਆਣੇ ਬਣਦੇ ਨਾ, ਕਿਹਦੀ ਨਿਕਲੀ ਆ ਦੱਸ ਦੇਣ। ਜਦੋਂ ਇੱਥੋਂ ਵਾਲੀਆਂ ਕਲਮਾਂ ਨੂੰ ਤੁਸੀਂ ਪਛਾਣਨਾ ਸਿੱਖ ਗਏ ਵੀ ਕਲਮ ਲਿਖਣ ਵਾਲੀ ਇੱਥੇ ਬੈਠੀ ਤਾਂ ਕੋਈ ਨਹੀਂ, ਫਿਰ ਅਸੀਂ ਜਿੱਤ ਲਾਂਗੇ ਜੰਗ, ਆਹੀ ਰੌਲਾ, ਫਿਰ ਕਰਾਮਾਤ ਨੇ ਕਿਸੇ ਨੇ ਕੰਮ ਨਹੀਂ ਕਰਨਾ, ਫਿਰ ਕਿਸੇ ਨੇ ਸਾਡੇ ਬੁਰੇ ਨਹੀਂ ਕਰਨਾ। ਵੀ ਜੇ ਕੋਈ ਸਵਾਲ ਉਠਾਉਂਦਾ ਚੀਜ਼ਾਂ ਦੇ ਉੱਤੇ ਜਾਂ ਤਾਂ ਫਿਰ ਕਹਿੰਦੇ ਵੀ 295 ਹੋ ਜਾਂਦਾ ਹੁਣ, ਹਾਂ 295 ਮੇਰੇ ਤੇ ਲੱਗੀ ਆ, ਮੂਸੇ ਵਾਲੇ ਨੇ ਵੀ ਕਿਹਾ ਸੀ ਸੱਚ ਬੋਲੇਗਾ ਤਾਂ ਮੇਰੇ ਲੱਗੂਗੀ ਇਹ, ਠੀਕ ਹੈ, ਤੇ ਜਾਂ ਫਿਰ ਮਾਫੀਆਂ ਮੰਗੀਆਂ ਜਾਂਦੀਆਂ, ਅਸੀਂ ਉਹਦੀ ਤਰਕਸ਼ੀਲ ਢੰਗ ਦੇ ਨਾਲ ਪੜਤਾਲ ਕਰਾਂਗੇ, ਪੜਤਾਲ ਕਰਕੇ ਅਸੀਂ ਲੋਕਾਂ 'ਚ ਲੈ ਕੇ ਜਾਵਾਂਗੇ। ਉਹ 295 ਇਹ ਹੈ ਪੜਤਾਲ ਕਰਕੇ ਲੋਕਾਂ 'ਚ ਬੋਲਣਾ, ਉਹ ਕਹਿੰਦੇ ਵੀ ਉਹ ਵੀ ਤੁਸੀਂ ਕਿਉਂ ਬੋਲਦੇ ਆ ਆਹ ਰੌਲਾ। ਜੇ ਤਰਕਸ਼ੀਲ ਸਾਹਿਤ ਪੜ੍ਹਿਆ ਹੁੰਦਾ ਦਿਮਾਗੀ ਤੌਰ 'ਤੇ ਫਿਰ ਸਾਨੂੰ ਉਹ ਇੰਨਾ ਤਕੜਾ ਕਰ ਦਿੰਦੇ ਵੀ ਸਾਡੇ ਮੂਹਰੇ ਕੋਈ ਸ਼ਕਤੀ ਕਿਸੇ ਕਿਸਮ ਦਾ ਕੋਈ ਖੇਡੇ ਵਾਲਾ ਆ ਜੇ
ਕੋਈ ਜਾਦੂਗਰ ਆ ਜੇ, ਕੋਈ ਕੁਛ ਆ ਜੇ, ਸਾਨੂੰ ਗੁੰਮਰਾਹ ਨਹੀਂ ਕਰ ਸਕਦਾ। ਅਸੀਂ ਐਂ ਨਹੀਂ ਸੋਚ ਸਕਦੇ ਵੀ ਯਾਰ ਇਹਦੇ ਇਹਦੀ ਜੇ ਇਹਨੇ ਕੁੜੀ ਕੱਟਤੀ ਵਿਚਾਲਿਓ ਵੀ ਇਹਦੇ ਕੋਲ ਸ਼ਕਤੀ ਹੈ, ਸ਼ਕਤੀ ਨਾ ਕੱਟੀ। ਨਾ, ਅਸੀਂ ਨਹੀਂ ਇਹ ਸੋਚਦੇ। ਲੋਕ ਵਾਈ ਟੀ ਵੀ ਦੇਖ ਰਹੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਅੱਜ ਗੱਲ ਕਰਨੀ ਹੈ ਚਮਤਕਾਰ 'ਤੇ, ਵੀ ਚਮਤਕਾਰ ਹੁੰਦੇ ਆ ਜਾਂ ਨਹੀਂ। ਅਸੀਂ ਕਿਸੇ ਵਿਸ਼ੇਸ਼ ਧਰਮ ਦੀ ਗੱਲ ਨਹੀਂ ਕਰਨੀ, ਸਾਰਿਆਂ 'ਤੇ ਗੱਲ ਕਰਨੀ ਹੈ ਕਿ ਇਸ ਧਰਤੀ ਦੇ ਉੱਤੇ ਚਮਤਕਾਰ ਨਾਮ ਦੀ ਕੋਈ ਚੀਜ਼ ਹੈ ਜਾਂ ਨਹੀਂ। ਇੱਕ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਐਡਗਰ ਕਾਇਸੀ ਨਾਮ ਦੇ ਇੱਕ ਵਿਅਕਤੀ ਦੀ, ਜਿਹ 'ਚ ਕਿਹਾ ਗਿਆ ਕਿ ਉਹ ਵਿਅਕਤੀ ਬਿਮਾਰ ਸੀ ਅਤੇ ਇੱਕ ਦਿਨ ਉਹ ਅਚਨਚੇਤ, ਉਹਦੀ ਬੋਲਣੀ ਬੰਦ ਸੀ, ਸਭ ਕੁਛ ਸੀ, ਅਚਨਚੇਤ ਬੋਲਦਾ ਹੈ ਤਾਂ ਉਹ ਉਸ ਬੂਟੀ ਦਾ ਨਾਮ ਦੱਸ ਦਿੰਦਾ ਜਿਹਦੇ ਨਾਲ ਉਹ ਕਹਿੰਦਾ ਮੈਂ ਠੀਕ ਹੋਊਂਗਾ, ਉਹਨੂੰ ਉਹ ਦਿੱਤੀ ਜਾਂਦੀ ਹੈ ਤਾਂ ਉਹ ਠੀਕ ਹੋ ਜਾਂਦਾ। ਤਾਂ ਉਸ ਤੋਂ ਬਾਅਦ ਉਹ ਫਿਰ ਜਦੋਂ ਉਹ ਪੈ ਜਾਂਦਾ ਸੀ, ਕਿਤੇ ਵੀ ਕੋਈ ਬਿਮਾਰੀ ਹੁੰਦੀ, ਕੋਈ ਸਮੱਸਿਆ ਹੁੰਦੀ, ਉਹਦੇ ਕੋਲ ਲੋਕ ਆਉਂਦੇ, ਫਿਰ ਉਹ ਪੈਂਦਾ ਅਤੇ ਉਹਨੂੰ ਇੱਕ ਗੱਲ ਆਵਾਜ਼ ਆਉਂਦੀ ਅਤੇ ਉਹ ਫਿਰ ਦੱਸਦਾ ਕਿ ਫਲਾਨੀ ਦਵਾਈ ਨਾਲ ਤੁਸੀਂ ਠੀਕ ਹੋ ਜਾਓਗੇ, ਇਹ ਲਓ। ਕੀ ਇਸ ਤਰੀਕੇ ਦੇ ਚਮਤਕਾਰ ਹੁੰਦੇ ਆ ਜਾਂ ਹੋਰ ਚਮਤਕਾਰ ਉਹ ਇਸ ਸਮਾਜ 'ਚ ਵਾਪਰਦੇ ਆ, ਦੁਨੀਆਂ 'ਤੇ ਵਾਪਰਦੇ ਆ? ਗੱਲਬਾਤ ਕਰਾਂਗੇ ਸਾਡੇ ਨਾਲ ਸੁਰਜੀਤ ਦੌਦਰ ਜੀ ਨੇ। ਦੌਦਰ ਸਾਹਿਬ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਜੀ, ਲੋਕਵਾਣੀ ਟੀਵੀ। ਦੌਦਰ ਸਾਹਿਬ, ਇੱਕ ਤੁਸੀਂ ਸ਼ਾਇਦ ਐਡਗਰ ਕਾਇਸੀ ਨਾਮ ਦਾ, ਸੁਣ ਲਿਓ ਮੈਨੂੰ ਸਰਜੇ ਜੀ, ਉਹ ਅਸਲ 'ਚ ਇਹ ਸੀ ਬਈ ਵਰਿੰਦਰ ਦਵਾਨੇ ਨੇ ਮੇਰੇ ਕੋਲ ਭੇਜੀ ਸੀ ਜੀ, ਕਿਉਂਕਿ ਮਿੰਟੂ ਗੁਰੂ ਸਰੀਆ ਇੱਕ ਸਥਾਪਿਤ ਬੰਦਾ, ਬਹੁਤ ਅਤੇ ਬੰਦਾ ਵੀ ਵਧੀਆ, ਬਹੁਤ ਵਧੀਆ, ਕੋਈ ਰੌਲਾ ਨਹੀਂ, ਕੋਈ ਰੌਲਾ ਨਹੀਂ। ਪਰ ਅਸਲ 'ਚ ਕੀ ਆ ਵੀ ਭਾਵੇਂ ਅਸੀਂ ਕਿੱਡੇ ਵੀ ਵਧੀਆ ਹੋਈਏ, ਜੇ ਅਸੀਂ ਤਰਕਸ਼ੀਲ ਸਾਹਿਤ ਨਹੀਂ ਪੜ੍ਹਿਆ ਜਾਂ ਅਸੀਂ ਇਸ ਆਈਡੀਓਲੋਜੀ ਨੂੰ ਨਹੀਂ ਪੜ੍ਹਿਆ ਜੀ, ਤਾਂ ਅਸੀਂ ਇਹਦੇ 'ਚ ਫਸ ਸਕਦੇ ਹਾਂ। ਉਹਦਾ ਇਹਦੇ 'ਚ ਫਸ ਜਾਣਾ ਉਹਦੀ ਧਾਰਮਿਕਤਾ ਵਿਚਾਰੇ ਦੀ, ਉਹਦੀ ਬੇਈਮਾਨੀ ਨਹੀਂ ਨਹੀਂ ਹੈਗੀ। ਇੱਕ ਹੁੰਦੀ ਬੇਈਮਾਨੀ, ਬੇਈਮਾਨੀ ਹੁੰਦੀ ਉਹਨਾਂ ਬੰਦਿਆਂ ਦੀ ਜਿਹਨੇ ਉਹਦੇ 'ਚੋਂ ਪੈਸੇ ਕਮਾਉਣੇ ਆ, ਜਿਹਨੂੰ ਜਿਹਨੇ ਉਹਨੂੰ ਵਰਤਣਾ ਜੀ, ਉਹਨੇ ਉਹਨੂੰ ਵਰਤਣਾ ਨੀਗਾ, ਉਹਨੇ ਸਿਰਫ ਇਸ ਗੱਲ ਦਾ ਸਗੋਂ ਗਿਲਾ ਕੀਤਾ ਵੀ ਯਾਰ ਜਿਹੜਾ ਕੁਛ ਅਸੀਂ ਪੜ੍ਹ ਲਿਆ, ਮੈਂ ਪੜ੍ਹ ਲਿਆ, ਵੀ ਕਿਸੇ ਪੰਜਾਬੀ ਬੰਦੇ ਨੇ ਹੁਣ ਤੱਕ ਨਹੀਂ ਪੜ੍ਹਿਆ, ਉਹਦਾ ਕੋਈ ਵਿਰੋਧ ਨਹੀਂ ਕੀਤਾ ਜਾਂ ਉਹਦਾ ਕੋਈ ਉਹਦੀ ਪੜਤਾਲ ਨਹੀਂ ਕੀਤੀ, ਵੀ ਪੜਤਾਲ ਤਾਂ ਕਰਨੀ ਚਾਹੀਦੀ ਸੀ, ਪੜਤਾਲ ਵੀ ਨਹੀਂ ਕੀਤੀ। ਅਤੇ ਇਸ ਕਰਕੇ ਫਿਰ ਉਹ ਜਦੋਂ ਮੇਰੇ ਕੋਲ ਆਇਆ, ਮੈਂ ਰਾਤ ਨੂੰ ਹੀ, ਕਿਉਂਕਿ ਮੇਰੇ ਵੀ ਦਾਇਰੇ ਤੋਂ ਬਾਹਰ, ਮੈਨੂੰ ਇੰਗਲਿਸ਼ ਨਹੀਂ ਆਉਂਦੀ, ਇਹ ਇੰਗਲਿਸ਼ 'ਚ ਸਾਰੀ ਕਰਨੀ ਪੈਣੀ ਸੀ ਪੜਤਾਲ। ਫਿਰ ਸਾਡਾ ਸਾਥੀ ਹੈ ਜਿਹੜਾ ਤਰਕਸ਼ੀਲ ਮੈਗਜ਼ੀਨ ਦਾ ਪਹਿਲਾ ਸੰਪਾਦਕ ਹੈ ਰਾਜਪਾਲ, ਉਹਨੂੰ ਰਾਜਪਾਲ ਨੂੰ ਮੈਂ ਭੇਜਿਆ, ਮੈਂ ਕਿਹਾ ਜੀ ਇਹਦੇ 'ਤੇ ਤੁਸੀਂ ਸੁਣ ਕੇ ਅੱਗੇ, 10-11 ਮਿੰਟ ਦੀ ਕੋਈ ਬਹੁਤੀ ਨਹੀਂ, ਸਹੀ ਹੈ। ਅਤੇ ਉਹ ਮੈਂ ਕਿਹਾ ਜੀ ਤੁਸੀਂ ਇਹਦੇ 'ਤੇ ਫਿਰ ਆਪਦੀ ਦਿਓ ਵਿਚਾਰ, ਉਹੀ ਵਿਚਾਰ ਉਸ ਉਹਦੇ ਉਦੋਂ ਪਹਿਲਾਂ ਬੋਲੇ ਪਿਆ, ਸੇਮ ਇਹਦੇ ਵਾਲੇ, ਉਸ ਨੇ ਵੀ ਉਹਦੇ 'ਤੇ ਇਹੀ ਕੁਛ ਬੋਲਿਆ, ਕਿਉਂਕਿ ਉਸ ਉਹਨੇ ਤਾਂ ਰੋਟੀਆਂ ਸੇਕਣੀਆਂ, ਉਸ ਤਾਂ ਪਹਿਲਾਂ ਨਾਸਤਿਕ ਵਜੋਂ ਸਮਾਜ 'ਚ ਆਇਆ ਸੀ, ਪਰ ਨਾਸਤਿਕ ਵਜੋਂ ਉਹਨੂੰ ਸਮਾਜ 'ਚ ਕਿਸੇ ਨੇ ਅਪਣਾਇਆ ਨਹੀਂ, ਜਦੋਂ ਨੂੰ ਪਤਾ ਲੱਗਿਆ ਵੀ ਇੱਧਰ ਨਹੀਂ ਅਪਣਾਇਆ ਗਿਆ, ਮੈਂ ਫਿਰ ਉਹ ਦੂਜੇ ਪਾਸੇ ਉਹਨੇ ਚੋਲਾ ਪਾਉਣਾ ਸ਼ੁਰੂ ਕਰਤਾ, ਉਹ ਫਿਰ ਉਹ ਅੱਧ ਵਿਚਾਲੇ ਲਟਕਦਾ ਰਿਹਾ, ਕਿਉਂਕਿ ਹਿੰਦੂ ਧਰਮ 'ਚ ਜੰਮਿਆ ਸੀ, ਹਿੰਦੂ ਧਰਮ ਦੇ ਦੇਵੀ ਦੇਵਤਿਆਂ ਨੂੰ ਦੂਜਿਆਂ ਨੂੰ ਸਾਰਿਆਂ ਨੂੰ ਨਿੰਦਦਾ ਰਿਹਾ, ਅਤੇ ਆਪਦਾ ਇੱਕ ਵੱਖਰਾ ਵਿਚਾਰਧਾਰਾ ਲੈ ਕੇ ਉਹ ਤੁਰ ਪਿਆ, ਉਹ ਵਿਚਾਰਧਾਰਾ 'ਚੋਂ ਕਾਮਯਾਬ ਹੋਇਆ ਚਲੋ, ਕਿਉਂਕਿ ਉਹਦਾ ਸਾਹਿਤ ਬੜਾ ਪੜ੍ਹਦਾ ਸੀ, ਹੋਰ ਕੁਛ ਬੜਾ ਸੀ, ਅਤੇ ਇਸ ਕਰਕੇ ਉਹ ਕਾਮਯਾਬ ਹੋ ਗਿਆ ਉਹਦੇ 'ਚ। ਮਤਲਬ ਇਹ ਮਿੰਟੂ ਦੀ ਕੋਈ ਇਹੋ ਜਿਹੀ ਬੇਈਮਾਨੀ ਨਹੀਂ ਆਪਾਂ ਉਹਦੇ 'ਚ ਕਹਿ ਸਕਦੇ, ਨਹੀਂ ਉਹਨੇ ਸਿਰਫ ਇਹ ਗੱਲ ਕੀਤੀ ਆ, ਨਹੀਂ ਉਹ ਮੈਂ ਵੈਸੇ ਆਪਦੇ ਗੱਲੋਂ ਕਹਿੰਦਾ, ਮੈਂ ਫਿਰ ਉਹ ਮਿੰਟੂ ਨੂੰ ਵੀ ਪਾਤੀ, ਜਦੋਂ ਇਹਨੇ ਰਾਜਪਾਲ ਨੇ ਪਾਤੀ, ਮੈਂ ਮਿੰਟੂ ਨੂੰ ਵੀ ਪਾਤੀ, ਮਿੰਟੂ ਸਾਹਿਬ ਮੈਂ ਲਿਖਿਆ ਕੁਛ ਨਹੀਂ, ਸਿਰਫ ਉਹਨੂੰ ਪਾਤੀ, ਉਹਨੇ ਪੜ੍ਹ ਲਈ, ਉਹ ਮੈਨੂੰ ਪਤਾ ਲੱਗ ਗਿਆ। ਅੱਛਾ, ਹੁਣ ਉਹ ਮਸਲਾ ਕੀ ਸੀ? ਅਸਲ ਮਸਲਾ ਅਸਲ ਇਹ ਹੈ ਵੀ ਜਦੋਂ ਉਹ ਬੰਦਾ 10 ਸਾਲ ਦਾ ਸੀ ਨਾ, ਜਿੱਥੇ ਸਾਡੀ ਖੋਜ ਦੇ ਮੁਤਾਬਕ, ਇਹਦੇ 'ਚ ਨਾਂ ਵੀ ਹੈਗੇ ਸਾਰੇ, ਅੱਖ ਤੋਂ ਮੈਂ ਪੜ੍ਹ ਦੂੰਗਾ, ਨਾਂ ਵੀ ਹੈਗੇ ਆ ਕਿਹਨੇ ਕੀ ਕੁਛ ਕੀਤਾ। ਅੱਛਾ, ਵੈਸੇ ਤਾਂ ਤੁਸੀਂ ਇਹਦੇ ਵਿੱਚ ਹੀ ਉਹ ਪਾ ਦਿਓ, ਜੇ ਉਹ ਛੋਟਾ ਹੀ ਆ ਪਹਿਰਾ, ਉਹ ਪਾ ਦੂੰਗਾ, ਉਹ ਪਾ ਹੀ ਦਿਓ, ਕਿਉਂਕਿ ਸਾਰੇ ਪੜ੍ਹ ਲੈਣਗੇ ਸਾਥੀ, ਹੈ ਨਾ, ਤੁਹਾਡੇ ਜਿਹੜੇ ਦਰਸ਼ਕ ਆ ਉਹ ਸਾਰੇ ਪੜ੍ਹ ਲੈਣਗੇ। ਉਹ 10 ਸਾਲ ਦਾ ਸੀ ਜਦੋਂ, ਉਦੋਂ ਹੀ ਉਹਨੂੰ ਪਾਦਰੀ ਬਣਾਉਣਾ ਉਹਨਾਂ ਨੇ ਸ਼ੁਰੂ ਕਰਤਾ। ਠੀਕ ਹੈ,
ਜਿਹੜੇ ਬੱਚੇ ਨੂੰ ਪਾਦਰੀ ਬਣਾਉਣ ਵਾਸਤੇ ਉਹਦੇ ਮਾਂ ਪਿਓ ਤਿਆਰ ਆ, ਜਿਹਨੂੰ ਇੱਕ ਧਾਰਮਿਕ ਪੰਥ ਦਾ ਚੋਲਾ ਹੀ ਪਾਉਣ ਵਾਸਤੇ ਤਿਆਰ ਆ, ਅਤੇ ਉਹਦੀ ਆਈਡੀਓਲੋਜੀ ਕੀ ਹੋਊਗੀ ਅਤੇ ਉਹਦੀ ਸੋਚ ਕੀ ਰੱਖਦਾ ਹੋਊਗਾ? ਪਹਿਲੀ ਗੱਲ ਤਾਂ ਇੱਥੇ ਹੀ ਖਤਮ ਹੋ ਜਾਂਦੀ ਵੀ ਉਹਦੀ ਸੋਚ ਕੀ ਹੋਊਗੀ। ਦੂਜਾ, ਜਦੋਂ ਉਹਨੇ ਮਤਲਬ ਉਹ ਉਸ ਪਾਸੇ ਵੀ ਕਾਮਯਾਬ ਨਾ ਹੋਇਆ, ਉਸ ਪਾਸੇ ਵੀ ਉਹਦੀ ਕੋਈ ਬਹੁਤੀ ਕਾਮਯਾਬੀ ਨਾ ਹੋਈ, ਤਾਂ ਉਹਨੇ ਫਿਰ ਆਪਦੀ ਇੱਕ ਫੋਟੋਗ੍ਰਾਫੀ ਦੀ ਦੁਕਾਨ ਕੀਤੀ। ਫੋਟੋਗ੍ਰਾਫੀ ਦੀ ਦੁਕਾਨ ਵੀ ਉਹਦੀ 2006-07 ਦੇ ਵਿੱਚ ਅੱਗ ਲੱਗਣ ਦੇ ਨਾਲ ਸੜ ਗਈ। ਉਹਦੀ ਭਵਿੱਖਬਾਣੀ ਵੀ ਨਹੀਂ ਕਰ ਸਕਿਆ, ਕਮਾਈ ਉਹ ਫੋਟੋਗ੍ਰਾਫਰ ਵਾਲੇ ਦੀ ਕਰਦਾ ਸੀ। ਹਾਂ, ਉਹਦੇ ਚਲੋ ਸੱਟ ਵੱਜ ਗਈ, ਸੱਟ ਵੱਜਣ ਦੇ ਨਾਲ ਉਹਦੀ ਆਵਾਜ਼ ਦੇ ਅੰਦਰਲੇ ਅੰਗ ਸਾਰੇ ਠੀਕ ਰਹੇ, ਠੀਕ ਹੈ, ਪਰ ਜਿਹੜਾ ਦਿਮਾਗ ਦੇ ਵਿੱਚੋਂ ਜਿੱਥੋਂ ਆਵਾਜ਼ ਸਾਡੀ ਕਮਾਂਡ ਆਉਣੀ ਸੀ, ਉਹ ਕਮਾਂਡ 'ਚ ਗੜਬੜ ਹੋਈ ਵੀ ਸੀ। ਉਹ ਜਦੋਂ ਕਮਾਂਡ 'ਚ ਗੜਬੜ ਸੀ ਤਾਂ ਉੱਥੇ ਸਮੋਹਨ ਕਰਨ ਵਾਲਾ ਬੰਦਾ, ਡਾਕਟਰਾਂ ਨੇ ਕਹਿ ਤਾ ਵੀ ਇਹ ਬੰਦਾ ਕੋਈ ਮਤਲਬ ਜਿਵੇਂ ਕਹਿ ਦਈਏ ਵੀ ਬੋਲ ਨਹੀਂ ਸਕਦਾ ਜਾਂ ਸਾਡੇ ਬਸੋਂ ਬਾਹਰ ਹੈ, ਉੱਥੇ ਕੋਈ ਸਮੋਹਨ ਕਰਨ ਵਾਲਾ ਬੰਦਾ ਆ ਗਿਆ, ਉਹਨੇ ਸਮੋਹਿਤ ਕੀਤੇ, ਇਹਨਾਂ ਨੂੰ ਬੁਲਾਤਾ। ਜਦੋਂ ਉਹਨੂੰ ਬੁਲਾਤਾ ਤਾਂ ਉਹ ਜਿਹੜੇ ਉਹਨੂੰ ਸੁਝਾਅ ਸੀ ਦਿੰਦੇ, ਮੈਂ ਵੀ ਸਮੋਹਿਤ ਕਰ ਲੈਂਦਾ, ਮੈਂ ਸੁਝਾਅ ਦਿੰਦਾ ਜਿਹੜੇ ਤੁਹਾਨੂੰ, ਉਹ ਸੁਝਾਅ ਤੁਹਾਡੇ ਦੂਜੇ ਦਿਨ ਉੱਠਣ ਤੋਂ ਬਾਅਦ ਵੀ ਉਹ ਯਾਦ ਹੋਣੇ ਚਾਹੀਦੇ ਆ। ਜੇ ਤਾਂ ਤੁਹਾਡੇ ਯਾਦ ਆ ਉਹ, ਫਿਰ ਤਾਂ ਤੁਸੀਂ ਉਹਨਾਂ 'ਤੇ ਅਮਲ ਕਰੋਗੇ। ਜੇ ਤੁਹਾਨੂੰ ਭੁੱਲ ਗਏ, ਕਈ ਵਾਰੀ ਉਹ ਭੁੱਲ ਜਾਂਦੇ ਆ, ਫਿਰ ਅਮਲ, ਜੇ ਤਾਂ ਉਹਨੂੰ ਉਦੋਂ ਸੁਝਾਅ ਉਹ ਯਾਦ ਕਰ ਲੈਂਦਾ, ਇਹੀ ਮਤਲਬ ਉਹਨੂੰ ਸੁਝਾਅ ਦਿੱਤਾ ਜਾਂਦਾ ਵੀ ਤੂੰ ਹੁਣ ਬੋਲਦਾ ਹੀ ਰਹੇਗਾ, ਤੇਰੀ ਆਵਾਜ਼ ਰੁਕੂਗੀ, ਉਹ ਰੁਕਣੀ ਨਹੀਂ ਸੀ ਉਹਦੀ ਆਵਾਜ਼, ਚੱਲਦੀ ਰਹਿਣੀ ਸੀ, ਪਰ ਉਹ ਸੁਝਾਅ ਦੇਣ 'ਚ ਕਿਤੇ ਕਿਤੇ ਆਈ ਹੋ ਜਾਂਦੀ ਹੈ ਕਿਤੇ ਨਾ ਕਿਤੇ। ਉਦੋਂ ਮਗਰੋਂ ਉਹ ਤਾਂ ਚਲਾ ਗਿਆ ਬੰਦਾ ਬਾਹਰੋਂ ਆਇਆ ਸੀ, ਜਿਹੜਾ ਇੱਕ ਹੋਰ ਬੰਦਾ ਆਇਆ ਹਿਪਨੋਟਾਈਜ਼ ਇਸੇ ਦਾ ਬਾਹਰ ਮਾਰ ਸਮੋਹਿਤ ਕਰਤਾ, ਉਹਨੇ ਸਮੋਹਿਤ ਉਹਨੂੰ ਕੀਤਾ, ਉਹਨੇ ਸਮੋਹਿਤ ਕਰਕੇ ਉਹਨੂੰ ਮਤਲਬ ਜ਼ਿੰਦਗੀ ਜਿਉਣ ਜੋਗਾ ਕਰਤਾ। ਜਦੋਂ ਉਹ ਜ਼ਿੰਦਗੀ ਜਿਉਣ ਜੋਗਾ ਕਰਤਾ ਤਾਂ ਉਦੋਂ ਮਗਰੋਂ ਫਿਰ ਆ ਸਾਰੀਆਂ ਘਟਨਾਵਾਂ ਵਾਪਰਦੀਆਂ। ਇਹ ਵਾਪਰੀਆਂ ਕੀ ਆ ਹੁਣ ਮਸਲਾ ਤਾਂ ਇੱਥੇ ਆ ਵੀ ਆਉਂਦੇ ਜਿਵੇਂ ਮਿੰਟੂ ਗੁਰੂ ਸਰਗੇ ਨੇ ਉਹ ਉਹਦੀ ਕਹਾਣੀ ਸੁਣਾਈ ਆ ਵੀ ਉਹ ਪਿਆ ਬੰਦਾ ਕੋਮਾ 'ਚ ਪਿਆ ਜਾਂ ਉਹ ਕੋਮਾ 'ਚੋਂ ਨਿਕਲ ਗਿਆ, ਨਿਕਲਣ ਤੋਂ ਬਾਅਦ ਉਹਨੂੰ ਮਤਲਬ ਉਹ ਸੈਲਫ ਸਮੋਹਿਤ ਹੋਣਾ ਸਿੱਖ ਗਿਆ। ਜਿਹੜੇ ਬੰਦੇ ਨੇ ਉਹਨੂੰ ਦੁਬਾਰੇ ਸਮੋਹਿਤ ਕੀਤਾ, ਉਹਨੂੰ ਸੈਲਫ ਸਮੋਹਣ ਦੀਆਂ ਉਹ ਢੰਗ ਤਰੀਕੇ ਦੱਸ ਗਿਆ ਵੀ ਤੂੰ ਸੈਲਫ ਸਮੋਹਿਤ ਹੋਣਾ ਤਾਂ ਐਂ ਹੋ ਸਕਦਾ, ਉਹਦੀ ਪ੍ਰੈਕਟਿਸ ਕਰ ਗਿਆ। ਪ੍ਰੈਕਟਿਸ ਕਰਨ ਦੇ ਨਾਲ ਉਹ ਜਾਣੀ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਗੂੜੀ ਨੀਂਦ 'ਚ ਚਲਿਆ ਜਾਂਦਾ, ਸਮੋਹਿਤ ਹੋਣ ਤੋਂ ਬਾਅਦ ਬੰਦਾ ਗੂੜੀ ਨੀਂਦ 'ਚ ਚਲਿਆ ਜਾਂਦਾ। ਉਹ ਗੂੜੀ ਨੀਂਦ 'ਚ ਜਾ ਕੇ ਉਹਦੇ 'ਚ ਫਿਰ ਜਿਵੇਂ ਦਿਮਾਗੀ ਤੌਰ 'ਤੇ ਸਾਡੀਆਂ ਕੁਛ ਘਟਨਾਵਾਂ ਸਾਡੇ ਨਾਲ ਵਾਪਰੀਆਂ ਹੁੰਦੀਆਂ ਸਾਹਮਣੇ ਆਉਣ ਲੱਗ ਜਾਂਦੀਆਂ। ਇਹ ਇੱਕ ਦਿਮਾਗੀ ਸਾਡੀ ਪ੍ਰਕਿਰਿਆ ਹੀ ਆ, ਮਤਲਬ ਇਹਦੇ 'ਚ ਕੋਈ ਇਹ ਨਹੀਂ ਗੱਲ ਵੀ ਉਹਦੀ ਕੋਈ ਦੈਵੀ ਸ਼ਕਤੀ ਵਾਲੇ ਦੇ ਗੈਵੀ ਸ਼ਕਤੀ ਵਾਲੇ ਦੇ ਆਉਣਗੀਆਂ ਜਾਂ ਦੂਜੇ, ਇਹ ਨਹੀਂ ਹੈ ਉਹਦੇ। ਉਹ ਦਿਮਾਗ 'ਚ ਜਿਹੜੀਆਂ ਉਹ ਘਟਨਾਵਾਂ ਆਉਂਦੀਆਂ ਸੀ ਸਾਰੀਆਂ, ਉਹ ਘਟਨਾਵਾਂ ਫਰਜ਼ ਕੀਤਾ ਉਹਨੇ ਦਵਾਈ ਵੀ ਦੱਸਤੀ, ਆਪਾਂ ਮੰਨ ਲੈਂਦੇ ਹਾਂ ਵੀ ਦਵਾਈ ਦੱਸਤੀ, ਦਵਾਈ ਦੇ ਨਾਲ ਆਰਾਮ ਆ ਗਿਆ, ਪਰ ਜਿਹੜੇ ਬੰਦਿਆਂ ਨੂੰ ਆਰਾਮ ਨਹੀਂ ਆਇਆ ਉਹ ਕਦੇ ਸਮਾਜ 'ਚ ਨਹੀਂ ਆਏ। ਜਿਹੜੇ ਬੰਦਿਆਂ ਨੂੰ ਆਰਾਮ ਨਹੀਂ ਆਇਆ ਉਹ ਵੀ ਸਮਾਜ 'ਚ ਨਹੀਂ ਆਏ। ਜਿਨ੍ਹਾਂ ਨੂੰ ਆਰਾਮ ਨਹੀਂ ਆਇਆ, ਮਤਲਬ ਇੱਕ ਤਾਂ ਆ ਗਿਆ ਵਾਲੇ ਜਿਹੜੇ ਦੂਰ ਨੇੜੇ ਗਏ ਉਹ ਤਾਂ ਸਮਾਜ 'ਚ ਦੱਸਦੇ ਰਹੇ ਵੀ ਸਾਨੂੰ ਉਹ ਤੋਂ ਆਰਾਮ ਆ ਗਿਆ, ਜਿਹਨੂੰ ਨਹੀਂ ਆਰਾਮ ਆਇਆ ਉਹ ਸਮਾਜ 'ਚ ਨਹੀਂ ਆਇਆ, ਉਹਨੇ ਉਹਦਾ ਵਿਰੋਧ ਵੀ ਨਹੀਂ ਕੀਤਾ ਵੀ ਸਾਨੂੰ ਆਰਾਮ ਨਹੀਂ ਆਇਆ। ਜਿਵੇਂ ਮੈਂ ਜੀ ਉਦਾਹਰਨ ਦਿੰਦਾ, ਇੱਕ ਸਾਡੇ ਇੱਥੇ ਮੁੰਡੇ ਵੰਡਣ ਵਾਲੇ ਕਈ ਹੈਗੇ ਆ ਧਾਰਮਿਕ ਸਥਾਨ, ਮੁੰਡੇ ਵੰਡਦੇ ਆ ਉਹ, ਮੁੰਡੇ ਵੰਡਣ ਵਾਲੇ ਉਹ ਕੀ ਕਹਿੰਦੇ ਆ ਵੀ ਇੱਥੇ ਸਰੀਂ ਬੰਨ ਜਾਓ, ਜਿਹਦੇ ਮੁੰਡਾ ਹੋ ਗਿਆ ਬੀਬੀ ਸਰੀਂ ਬੰਨ ਜਾਓ, ਜਿਹਦੇ ਮੁੰਡਾ ਹੋ ਗਿਆ ਤੂੰ ਇੱਥੇ ਕਿੱਲਾ ਕੱਢ ਜੀ, ਇਹੋ ਜਿਹੀਆਂ ਹੈਗੀਆਂ ਨਾ। ਜਿਹਦੇ ਮੁੰਡਾ ਹੋ ਗਿਆ ਉਹਨੂੰ ਕਹਿਣਗੇ ਤੂੰ ਤੜਾ ਇੱਥੇ ਗਿੱਟੇ 'ਤੇ ਇੱਕ ਅਸੀਂ ਕਾਲਾ ਧਾਗਾ ਦੇਵਾਂਗੇ ਉਹ ਬੰਨ ਜੀ। ਸਹੀ ਹੈ। ਹੁਣ ਜਿਨ੍ਹਾਂ ਦੇ ਤਾਂ ਹੋ ਗਏ ਮੁੰਡੇ ਉਹ ਤਾਂ ਸਜਾਵੜੀਆਂ, ਕਿੱਲਾ ਵੀ ਗੱਡਿਆ ਜਾਂ ਸਰੀਂ ਵੀ ਬੰਨਿਆ ਜਾਂ ਅਤੇ ਧਾਗਾ ਬਣਾ ਲਿਆ ਜਾਂ, ਜਿਨ੍ਹਾਂ ਦੇ ਹੋ ਗਈਆਂ ਕੁੜੀਆਂ ਉਹ ਨਹੀਂ ਗਈਆਂ ਉੱਥੇ। ਹੁਣ ਜੇ ਤਾਂ ਉੱਥੇ ਉਹ ਇਹ ਗੱਲ ਨਾਲ ਕਹਿੰਦਾ ਵੀ ਭਾਈ ਤੇਰੇ ਜੇ ਕੁੜੀ ਹੋ ਗਈ ਤਾਂ ਇੱਕ ਕਿੱਲਾ ਪੱਟ ਕੇ ਲੈ ਜੀ, ਹਾਂ ਜੇ ਤੇਰੇ ਕੁੜੀ ਹੋ ਗਈ ਇੱਕ ਸਰੀਂ ਖੋਲ੍ਹ ਕੇ ਲੈ ਜੀ, ਹਾਂ ਫਿਰ ਉੱਥੇ ਇੱਕ ਵੀ ਨਹੀਂ ਟਕਦਾ, ਇਹ ਤਾਂ ਉਹਨੇ ਕਿਹਾ ਹੀ ਨਹੀਂ, ਇਹੀ ਉਹਦੇ ਨਾਲ ਵਾਪਰਿਆ।
ਵੀ ਉਹ ਬੰਦਾ ਇੱਕ ਪਾਸਿਓਂ ਆਪਦੇ ਇਲਾਜ ਵਿਧੀ ਦੇ ਉਹ ਮਤਲਬ ਕੁਛ ਉਹਨੂੰ ਜਿਹੜੇ ਉਸ ਕਿਉਂਕਿ ਉਹ ਜੁੜਿਆ ਵਾ ਤਾਂ ਉਸ ਧਰਮ ਨਾਲ ਹੀ ਸੀ ਨਾ, ਉਦੋਂ ਧਰਮ ਦਾ ਬੜਾ ਤਕੜਾ ਬੋਲਬਾਲਾ ਸੀ, ਜਿਹੜੇ ਵੇਲੇ ਦੀਆਂ ਗੱਲਾਂ ਕਰਦੇ ਹਾਂ ਆਪਾਂ ਉਦੋਂ ਬਹੁਤ ਤਕੜਾ ਬੋਲਬਾਲਾ ਸੀ ਉੱਥੇ ਧਰਮ ਦਾ। ਅਜੇ ਇਹ ਜਿਹੜਾ ਜਿਹੜਾ ਆਪਾਂ ਕਹਿੰਦੇ ਹਾਂ ਨਾ ਜਿਹੜਾ ਪੁਨਰ ਜਾਗ੍ਰਿਤੀ ਦੀ ਲਹਿਰ, ਉਹ ਬਾਬੇ ਨਾਨਕ ਵੇਲੇ ਤੋਂ ਲੈ ਕੇ 1727 ਈਸਵੀ ਤੱਕ ਯੂਰਪ 'ਚ ਆਈ ਹੈ, ਇਹਦੇ 'ਚ ਕੋਈ ਰੌਲਾ ਨਹੀਂ। ਪਰ ਬਹੁਤ ਚਿਰ ਮਗਰੋਂ ਤੱਕ ਈਸਾਈ ਮੱਤ ਵਾਲੇ ਬਰੂਨੋ ਉਹਨਾਂ ਨੂੰ ਜਿਉਂਦੇ ਸਾੜਿਆ, ਇਹਨਾਂ ਨੇ ਗੈਲੀਲੀਓ ਨੂੰ ਅੰਦਰ ਕੈਦ ਕਰਤਾ, ਮਤਲਬ ਇੰਨਾ ਜ਼ੁਲਮ ਕੀਤਾ ਵੀ ਕਿਸੇ ਵਿਗਿਆਨ ਨੂੰ ਸੱਚ ਬੋਲਣ ਵਾਲੇ 'ਤੇ ਜ਼ੁਲਮ ਹੁੰਦਾ ਸੀ। ਉਸ ਬੰਦੇ ਦੀ ਪੜਤਾਲ ਉੱਥੋਂ ਦੇ ਤਰਕਸ਼ੀਲਾਂ ਨੇ ਕਰਕੇ ਸਾਰਾ ਕੁਛ ਨੰਗਾ ਕਰਤਾ ਉੱਥੋਂ ਦੇ ਸਮਾਜ 'ਚ। ਇਹ ਸ਼ਾਇਦ ਉਹਦੇ ਕੋਲ ਇਹ ਗੱਲ ਨਹੀਂ ਆਏਗੀ ਨੰਗਾ ਹੋਣ ਵਾਲੀ ਮਿੰਟੂ ਕੋਲ, ਠੀਕ ਹੈ ਬਈ, ਸ਼ਾਇਦ ਉਹ ਇੱਕ ਪਾਸਿਓਂ ਉਹਨੇ ਪੜ੍ਹ ਲਿਆ, ਉਹਨਾਂ ਵਾਲੀ ਜਿਹੜੀ ਗੱਲ ਸੀ ਉਹ ਸਾਰੀ ਉਹਨੇ ਪੜ੍ਹ ਲਈ, ਜਿਹੜੀ ਵਿਰੋਧ ਵਾਲੀ ਗੱਲ ਸੀ ਉਹਦੇ 'ਚ ਫਿਰ ਸਾਡਾ ਤਰਕਸ਼ੀਲਾਂ ਦੇ ਵਰਕੇ ਫੁੱਲਣੇ ਪੈਣਗੇ। ਸਾਡਾ ਇਹ ਸਾਡੇ ਤੁਹਾਡੇ ਦਰਸ਼ਕਾਂ ਦੇ ਨਾਲ ਵਾਅਦਾ ਹੈ ਵੀ ਇੱਕ ਤਰਕਸ਼ੀਲ ਮੈਗਜ਼ੀਨ ਕੱਢਦੇ ਹਾਂ ਅਸੀਂ, 2 ਮਾਸਿਕ ਆ ਉਹ, ਠੀਕ ਹੈ, ਉਹਦਾ ਬਹੁਤਾ ਚੰਦਾ ਨਹੀਂ ਹੈ, ਸਿਰਫ 100 ਰੁਪਈਆ ਸਾਲ ਦਾ ਚੰਦਾ ਹੈ, ਠੀਕ ਹੈ, 100 'ਚ ਤੁਹਾਨੂੰ 6 ਮੈਗਜ਼ੀਨ ਮਿਲਣੇ ਆ, ਠੀਕ ਹੈ। ਉਹ ਮੈਗਜ਼ੀਨ ਦੀ ਇੰਨੀ ਜ਼ਿਆਦਾ ਕੀਮਤ ਹੈ ਹਰੇਕ ਸਮਾਜ ਦੇ ਘਰ ਵਾਸਤੇ, ਹਰੇਕ ਘਰ ਵਾਸਤੇ, ਵੀ ਤੁਸੀਂ ਆਹ ਜਿੰਨੀਆਂ ਇਹੋ ਜਿਹੀਆਂ ਹੁੰਦੀਆਂ ਨਾ ਘਟਨਾਵਾਂ ਵਾਪਰਦੀਆਂ, ਸਾਰੀਆਂ ਘਟਨਾਵਾਂ ਦਾ ਨਿਚੋੜ ਅਸੀਂ ਉਸ ਮੈਗਜ਼ੀਨ 'ਚ ਦਿੰਦੇ ਹਾਂ ਵੀ ਕਿਉਂ ਵਾਪਰੀ, ਕਿਵੇਂ ਵਾਪਰੀ, ਕੀ ਕਾਰਨ ਸੀ ਇਹਦਾ। ਉਹ ਸਾਡੇ ਘਰ 'ਚ ਲਾਜ਼ਮੀ ਆਉਣਾ ਜ਼ਰੂਰੀ ਆ, ਕਿਉਂਕਿ ਅਸੀਂ ਆਹ ਜਿਹੜੇ ਧਾਰਮਿਕ ਰਸਮਾਂ 'ਤੇ ਖਰਚ ਕਰਦੇ ਹਾਂ, ਜਾਂ ਅਸੀਂ ਕੋਈ ਤਵੀਤ ਤਾਗਾ ਪਾਉਂਦੇ ਹਾਂ, ਜਾਂ ਅਸੀਂ ਕਿਸੇ ਕੋਲੋਂ ਲੁੱਟ ਕਰਾਉਂਦੇ ਹਾਂ। ਮੇਰੇ ਕੋਲ ਇੱਕ ਪਰਸੋਂ 'ਚ ਉੱਥੇ ਫਗਵਾੜੇ ਦਾ ਕੋਈ ਜੋਤਸ਼ੀ ਆ, ਉਹ 40 ਲੱਖ ਰੁਪਈਆ ਇੰਗਲੈਂਡ ਦੇ ਇੱਕ ਬੰਦੇ ਤੋਂ ਲੈ ਗਿਆ। ਅੱਛਾ, ਉਹ ਇੱਥੋਂ ਦਾ ਬੁੱਕਣ ਵਾਲੇ ਦਾ ਬੰਦਾ, ਕੋਈ ਮੁੱਗਾ ਇਹਦੇ ਕੋਲ ਬੁੱਕਣ ਵਾਲਾ। ਅੱਛਾ, ਉਹ ਤੋਂ 40 ਲੱਖ ਰੁਪਈਆ ਲੈ ਗਿਆ, ਮੇਰੇ ਕੋਲ ਫੋਨ ਆਇਆ। ਹੁਣ ਜੇ ਉਹ ਤੋਂ 40 ਲੱਖ ਲੈ ਗਿਆ ਤਾਂ ਮਤਲਬ ਹੈ ਵੀ ਉਹ ਐਂ ਜਮਾਂ ਕਿਤੇ ਕਿਸੇ ਹਨੇਰੇ 'ਚ ਹੀ ਬੈਠਾ ਸੀ ਨਾ, ਵੀ ਹੁਣ ਤੱਕ ਉਹਨੇ ਪੜ੍ਹਿਆ ਹੀ ਨਹੀਂ ਵੀ ਹੈ ਕੀ। ਅਸਲ 'ਚ ਤਾਂ ਇਹ ਹੈ ਵੀ ਸਾਨੂੰ ਹਰੇਕ ਆਈਡੀਓਲੋਜੀ ਦਾ ਵਿਰੋਧ ਵੀ ਪੜ੍ਹਨਾ ਪਊਗਾ, ਉਹਦਾ ਜਿਹੜਾ ਧਾਰਮਿਕ ਪੱਖ ਆ ਉਹ ਤਾਂ ਸਾਡੇ ਜੰਮਦਿਆਂ ਦੇ ਮਾਂ ਸਾਡੇ ਦੁੱਧ ਦੇ ਰਾਹੀਓ ਹੀ ਸਾਡੇ ਅੰਦਰ ਭੇਜ ਦਿੰਦੀਆਂ। ਜਿਉਂ ਲੱਗਦੀ ਕਹਾਣੀਆਂ ਸੁਣਾਉਣ, ਸੰਤਾਂ ਦੀਆਂ ਸੁਣਾਤੀਆਂ, ਨੇੜੇ ਵਾਲਿਆਂ ਦੀਆਂ, ਫਲਾਣੇ ਦੀਆਂ ਸੁਣਾਤੀਆਂ, ਉਹ ਮੱਖੀ ਬਣ ਜਾਂਦਾ ਸੀ, ਉਹ ਉੱਡ ਜਾਂਦਾ ਸੀ, ਉਹਦਾ ਕਰਾਮਾਤ ਇੰਨੀ ਸੀ, ਉਹਦਾ ਐਂ ਕਰ ਦਿੰਦਾ ਸੀ, ਉਹ ਤਾਂ ਐਂ ਕਰ ਦਿੰਦਾ, ਇਹ ਤਾਂ ਸਾਰੀਆਂ ਸੁਣੀਆਂ ਹੋਈਆਂ। ਪਰ ਜਿਹੜੀਆਂ ਉਹਦੇ ਵਿਰੋਧ ਵਾਲੀਆਂ ਅਸੀਂ ਕਥਾਵਾਂ ਸੁਣਾਉਣੀਆਂ, ਉਹ ਸਾਨੂੰ ਤਰਕਸ਼ੀਲ ਸਾਹਿਤ ਪੜ੍ਹਨਾ ਪੈਣਾ ਜਾਂ ਤਰਕਸ਼ੀਲ ਕਿਤਾਬਾਂ ਪੜ੍ਹਨੀਆਂ ਪੈਣਗੀਆਂ। 2 ਕਿਤਾਬਾਂ ਸਾਡੀਆਂ, ਤੇਜ ਦੇਪੁਰ ਸਰਗੇ, ਦੇਵਦੰਤ ਤੇ ਰੂਹਾਂ, ਜਿਹੜੇ ਬੰਦੇ ਨੇ ਉਹ 2 ਕਿਤਾਬਾਂ ਜਿਹੜੇ ਘਰ 'ਚ ਰੱਖ ਲਈਆਂ, ਜਿਹਨੇ ਉਹ ਪੜ੍ਹ ਲਈਆਂ, ਮੈਂ ਸ਼ਰਤ ਲਾਉਣਾ ਵੀ ਉਹ 100-100 ਰੁਪਈਏ ਦੀ ਕਿਤਾਬ ਹੈ, 80-80 ਦੀ, 80-80 ਰੁਪਈਏ ਦੀ ਕਿਤਾਬ ਹੈ, ਅਤੇ ਤੁਹਾਡਾ 80 ਲੱਖ ਦਾ ਵੀ ਫਾਇਦਾ ਕਰ ਸਕਦੀ ਆ। ਆਹ ਰੌਲਾ ਵੀ ਜਦੋਂ ਕਿਸੇ ਚੀਜ਼ ਉਹ ਸਾਡੀ ਜਿਵੇਂ ਕਹਿ ਦਈਏ ਨਾ, ਜਿਵੇਂ ਕਹਿ ਦਿੰਦੇ ਆ ਵੀ ਹਿੰਦੂ ਧਰਮ ਦੀ ਗੀਤ ਹੈ, ਉਹ ਤਰਕਸ਼ੀਲਾਂ ਦੀ ਇੱਕ ਉਸ ਉਹੋ ਜਿਹੀ ਮਤਲਬ ਉਹੋ ਜਿਹਾ ਸਾਹਿਤ ਹੈ ਜਿਹੜਾ ਤਰਕਸ਼ੀਲਤਾ ਵਾਸਤੇ ਮੁੱਢਲੀ ਸਿੱਖਿਆ ਉਹਦੇ 'ਚ ਸਾਰੇ ਕਿਸਮ ਦੀ ਆ, ਉਹਦੇ 'ਚ ਜਾਦੂ ਦੀਆਂ ਆਈਟਮਾਂ ਵੀ ਹੈਗੀਆਂ, ਉਹਦੇ 'ਚ ਕਿਵੇਂ ਤੁਹਾਡੇ ਨਾਲ ਠੱਗੀ ਮਾਰਦੇ ਬਾਬੇ ਉਹ ਵੀ ਹੈਗਾ, ਉਹਦੇ 'ਚ ਤੁਹਾਡੇ ਨਾਲ ਕੀ ਕੁਛ ਠੱਗੀ ਹੋਈ ਉਹ ਵੀ ਹੈਗੀ ਹੈ, ਜਿਹੜੇ ਗੈਵੀ ਸ਼ਕਤੀ ਦੀ ਰੱਖਦੇ ਆ ਵੀ ਅਸੀਂ ਗੈਵੀ ਸ਼ਕਤੀ ਅਸੀਂ ਮਤਲਬ ਸਾਡੀਆਂ 23 ਸ਼ਰਤਾਂ ਵੀ ਉਹਦੇ 'ਚ ਹੈ, ਜੇ ਫਰਜ਼ ਕੀਤਾ ਗੈਵੀ ਸ਼ਕਤੀ ਸੀ ਵੀ, ਜਾਣੀ ਮਸਲਾ ਤਾਂ ਇਸ ਗੱਲ ਦਾ ਬਈ ਸ਼ਰਤਾਂ ਹੁਣ ਤਾਂ ਸ਼ਰਤਾਂ ਪਈਆਂ। ਅੱਛਾ, ਇੱਕ ਤੁਹਾਨੂੰ ਹੋਰ ਦੱਸਾਂ, ਸਾਨੂੰ ਗੈਵੀ ਸ਼ਕਤੀ ਕਈ ਵਾਰੀ ਇਉਂ ਲੱਗਦੀ ਹੁੰਦੀ ਆ ਵੀ ਇਹ ਕਿਸੇ, ਅਸਲ 'ਚ ਕੀ ਆ ਵੀ ਕਈ ਗੱਲਾਂ ਪ੍ਰੈਕਟਿਸ ਦੇ ਨਾਲ ਜੁੜੀਆਂ ਹੋਈਆਂ। ਅੱਛਾ, ਹੁਣ ਇਹ ਵੀ ਸੁਣ ਲਓ ਕਿਵੇਂ ਪ੍ਰੈਕਟਿਸ ਦੇ ਨਾਲ ਕਿਵੇਂ ਜੁੜੀਆਂ। ਕੋਲਿਆਂ 'ਤੇ ਤੁਰ ਕੇ ਜੇ ਅੱਗ 'ਤੇ ਤੁਰ ਕੇ ਸਾਧ ਦਿਖਾਉਂਦੇ ਆ ਤਾਂ ਅਸੀਂ ਅੱਗ 'ਤੇ ਚੱਲ ਕੇ ਵਿਖਾਉਂਦੇ ਹਾਂ, ਠੀਕ ਹੈ, ਸਾਨੂੰ ਪਤਾ ਕਿਵੇਂ ਚੱਲਣਾ।
ਉਹਨਾਂ ਨੂੰ ਵੀ ਪਤਾ ਕਿਵੇਂ ਚੱਲਣਾ। ਸਧਾਰਨ ਬੰਦਾ ਘਬਰਾਉਂਦਾ ਯਾਰ ਅੱਗ ਤੇ ਕਿਵੇਂ ਤੁਰਿਆ ਜਾਊਗਾ, ਅਸੀਂ ਤੁਰ ਕੇ ਵਿਖਾਉਂਦੇ ਹਾਂ। ਸਧਾਰਨ ਬੰਦਾ ਘਬਰਾਉਂਦਾ ਵੀ ਅੱਖਾਂ ਤੇ ਪੱਟੀ ਬੰਨ ਕੇ ਮੋਟਰਸਾਈਕਲ ਕਿਵੇਂ ਚਲਾਇਆ ਜਾਊ, ਅਸੀਂ ਚਲਾਉਂਦੇ ਹਾਂ ਉਹ ਵੀ ਚਲਾਉਂਦੇ ਹਾਂ, ਕਿਉਂਕਿ ਸਾਨੂੰ ਉਹਦੇ ਰਾਜ ਦਾ ਪਤਾ। ਇਸੇ ਤਰ੍ਹਾਂ ਪਿਛਲੇ ਦਿਨਾਂ 'ਚ ਅਸੀਂ ਫੜਿਆ ਰਾਮਪੁਰੇ, ਉਹ ਸ਼ਰਤ ਲਾਉਂਦਾ ਸੀ ਵੀ ਮੇਰੇ ਬੱਚੇ ਆ ਜਿਹੜੇ ਅੱਖਾਂ 'ਤੇ ਪੱਟੀ ਬੰਨ ਕੇ ਸੌਂਕ ਕੇ ਪੜ੍ਹਦੇ ਆ। ਅਸੀਂ ਇਹ ਸੌਂਕ ਕੇ ਪੜ੍ਹਨ ਵਾਲੇ ਜਲੰਧਰ ਪਹਿਲਾਂ ਪਜਾ ਚੁੱਕੇ ਹਾਂ, ਉਹ 10,000 ਰੁਪਈਆ ਵੀ ਸਾਡੇ ਕੋਲ ਜਮ੍ਹਾਂ ਕਰਾ ਗਏ ਸੀ ਜਲੰਧਰ, ਜਿਹੜਾ ਦੇਸ਼ ਭਗਤ ਹਾਲ ਹੈ ਉਹਦੇ 'ਚ ਉਹ ਆ ਗਏ ਲੈ ਕੇ ਆਪਦੇ ਬੱਚਿਆਂ ਨੂੰ। ਅਸੀਂ ਉੱਥੇ ਬੱਚਿਆਂ ਨੂੰ, ਅਸੀਂ ਕਿਉਂਕਿ ਸਾਨੂੰ ਪਤਾ ਸੀ ਵੀ ਸਾਨੂੰ ਵੀ ਰਾਜ ਦਾ ਪਤਾ, ਉਹਨਾਂ ਨੂੰ ਵੀ ਪਤਾ, ਸਾਡੇ ਵਾਲੇ ਬੱਚੇ ਵੀ ਸੌਂਕ ਕੇ ਪੜ੍ਹ ਦੇਣਗੇ, ਉਹਨਾਂ ਵਾਲੇ ਹੀ ਪੜ੍ਹ ਦੇਣਗੇ, ਪਰ ਅਸੀਂ ਦੱਸਦੇ ਹਾਂ ਕਿਵੇਂ ਪੜ੍ਹਦੇ, ਉਹ ਦੱਸਦੇ ਨਹੀਂ, ਉਹ ਬੇਈਮਾਨੀ ਕਰਦੇ। ਅਸੀਂ ਉਹਨਾਂ ਦੀ ਜੇਬ 'ਚੋਂ ਕੁਛ ਨਹੀਂ ਕੱਢਣਾ, ਉਹਨਾਂ ਨੇ ਤੁਹਾਡੀ ਜੇਬ 'ਚੋਂ ਕੁਛ ਕੱਢਣਾ। ਉਹਨਾਂ ਨੇ ਬੱਚਿਆਂ ਨੂੰ ਬੱਚਿਆਂ ਦੀ ਤੀਜੀ ਅੱਖ ਖੋਲ੍ਹਣ ਦੇ ਨਾਂ 'ਤੇ ਪੈਸੇ ਲੈਣੇ ਤੁਹਾਡੇ ਕੋਲੋਂ, ਵੀ ਸਾਡਾ ਬੱਚੇ ਨੂੰ ਸਿਖਾ ਦਿੰਦੇ ਆ। ਬੱਚੇ ਵਿਚਾਰੇ ਭੋਲੇ ਹੁੰਦੇ ਆ, ਕਿਉਂਕਿ ਬੱਚੇ ਛੋਟਿਆਂ ਨੂੰ ਸਿਖਾਉਂਦੇ, ਵੱਡੇ ਨੂੰ ਤਾਂ ਸਿਖਾਉਂਦੇ ਨਹੀਂ, ਵੱਡਾ ਤਾਂ ਅੜਜੂਗਾ ਮੂਹਰੇ। ਇਸੇ ਤਰ੍ਹਾਂ ਤੁਸੀਂ ਹੁਣ ਬੱਚਿਆਂ ਦੀ ਇੰਟਰਵਿਊ ਲਿਓ। ਮੈਂ ਤੁਹਾਨੂੰ ਇੱਕ ਸੱਚਮੁੱਚ ਬੇਨਤੀ ਕਰੂੰਗਾ, ਜਿਹੜੇ ਬੱਚਿਆਂ ਨੂੰ ਉਹ ਪੜ੍ਹਨ ਦੀ ਗੱਲ ਕਰਦੇ ਸੀ, ਜਿਹੜੇ ਬੱਚਿਆਂ ਦਾ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਅਸੀਂ ਸਿਖਾਤਾ, ਉੱਥੋਂ ਆਸੇ ਪਾਸੇ ਪਤਾ ਕਰਕੇ ਉਹਨਾਂ ਦੇ ਮਾਤਾ ਪਿਤਾ ਕੋਲ ਜਾਓ, ਉਹਨਾਂ ਨੂੰ ਸਮਝਾਓ ਵੀ ਤੁਹਾਡੇ ਬੱਚਿਆਂ ਨੂੰ ਗੁੰਮਰਾਹ ਉਹਨਾਂ ਨੇ ਐਂ ਕੀਤਾ, ਸਾਨੂੰ ਤਰਕਸ਼ੀਲਾਂ ਨੇ ਦੱਸਤਾ ਬਈ ਉਹ ਕਿੱਥੋਂ ਦੇਖ ਕੇ ਪੜ੍ਹਿਆ ਜਾ ਸਕਦਾ, ਸਾਨੂੰ ਉਹ ਪਤਾ, ਅਸੀਂ ਤੁਹਾਨੂੰ ਅਸੀਂ ਉਵੇਂ ਕਰ ਦਿਆਂਗੇ, ਲੈ ਸੌਂਕ ਕੇ ਤੁਹਾਡੇ ਸਾਹਮਣੇ ਵੀ ਨਹੀਂ ਪੜ੍ਹਨਗੇ। ਚਲੋ ਉਹਨਾਂ ਦੇ ਸਾਹਮਣੇ ਤਾਂ ਨਹੀਂ ਪੜ੍ਹਦੇ, ਤੁਹਾਡੇ ਸਾਹਮਣੇ ਵੀ ਨਹੀਂ ਪੜ੍ਹ ਸਕਦੇ, ਨਹੀਂ ਪੜ੍ਹ ਸਕਦੇ, ਬਸ ਆਹੀ ਰੌਲਾ, ਆਹੀ ਰੌਲਾ। ਇੱਕ ਗੱਲ ਦੱਸਿਓ, ਚਮਤਕਾਰ ਜਿਵੇਂ ਬੜੇ ਧਰਮ ਹੈ, ਲਗਭਗ ਚਾਹੇ ਕੋਈ ਧਰਮ ਮੁਨਕਰ ਹੋਵੇ ਪਰ ਹਰ ਧਰਮ ਚਮਤਕਾਰ 'ਤੇ ਵਿਸ਼ਵਾਸ ਕਰਦਾ, ਠੀਕ ਹੈ, ਵੀ ਚਮਤਕਾਰ ਹੁੰਦੇ ਆ, ਜੇ ਕੋਈ ਚਮਤਕਾਰ ਦਾ ਕੋਈ ਵਿਰੋਧ ਕਰ ਦਿੰਦਾ ਹੈ ਤੇ ਉਹਨੂੰ ਫਿਰ ਗਾਲਾਂ ਵੀ ਮਿਲਦੀਆਂ, ਉਹ ਤੋਂ ਫਿਰ ਮਾਫੀਆਂ ਮੰਗਾਈਆਂ ਜਾਂਦੀਆਂ। ਹੁਣ ਉਹ ਕਹਾਣੀ ਕੀ ਹੈ, ਕਹਾਣੀਆਂ ਉੱਥੇ ਦੋ ਆ, ਇੱਕ ਤਾਂ ਹੈ ਅਧਿਆਤਮ ਪੱਖ, ਇੱਕ ਪੱਖ ਹੁਣ ਆ ਗਿਆ ਵਿਗਿਆਨ ਦਾ, ਵਿਗਿਆਨ ਕਹਿੰਦਾ ਵੀ ਨਹੀਂ ਇਹ ਹੋ ਸਕਦਾ। ਹੁਣ ਜੇ ਤਾਂ ਇਹ ਹੋ ਸਕਦਾ ਮਤਲਬ ਫਿਰ ਤਾਂ ਇੱਕ ਕਿਸਮ ਦੀ ਲੀਹ ਪੈਣੀ ਚਾਹੀਦੀ ਸੀ, ਹੋਰ ਸ਼ਹੀਦ ਵੀ ਬਥੇਰੇ ਸੀ, ਫਿਰ ਤਾਂ 7 ਤੇ 9 ਸਾਲ ਦੇ ਬੱਚਿਆਂ ਨੂੰ ਨੀਹਾਂ 'ਚ ਚਿਣਤਾ, ਕਹਿੰਦੇ ਵੀ ਕੋਈ ਕਲਮ ਉੱਪਰੋਂ ਜਿਹੜੀ ਲਿਖਦੀ ਹੈ, ਉੱਪਰੋਂ ਕਲਮ ਨੇ 7 ਤੇ 9 ਸਾਲ ਦੇ ਬੱਚਿਆਂ ਨੂੰ ਨੀਹਾਂ 'ਚ ਚਿਣਤਾ। ਤੇ ਬੰਦਾ ਸਿੰਘ ਬਹਾਦਰ ਜਦੋਂ ਚੱਪੜਚਿੜੀ ਦੇ ਮੈਦਾਨ 'ਚ ਆਇਆ, ਚੱਪੜਚਿੜੀ ਦੇ ਮੈਦਾਨ 'ਚ ਉਹਨੇ ਆ ਕੇ ਪੁੱਛਿਆ ਵੀ ਇਹ ਕਿਹਨੇ ਲਿਖਿਆ ਸੀ ਭਾਈ ਜਿਹੜਾ ਨੀਹਾਂ 'ਚ ਚਿਣ ਵਾਸਤੇ, ਉਹ ਕਿਸੇ ਨੇ ਕਿਹਾ ਹੀ ਹੋਊ ਨਾ, ਧਾਰਮਿਕ ਬੰਦੇ ਨੇ ਉਹੋ ਜਿਹੇ ਮੰਨਣ ਵਾਲੇ ਨੇ ਵੀ ਇਹ ਤਾਂ ਉਤਲੀ ਕਲਮ ਹੈ ਜਿਹੜੀ ਲਿਖਦੀ ਹੈ, ਉਹ ਆਉਂਦਾ ਉਤਲੀ ਦਾ ਨਹੀਂ ਮੈਨੂੰ ਪਤਾ, ਮੈਨੂੰ ਇੱਥੇ ਦੱਸੋ ਕਿਹਨੇ ਲਿਖਿਆ। ਇੱਥੇ ਜਿਹੜੀ ਕਲਮ ਨੇ ਲਿਖਿਆ ਸੀ ਵਜੀਦ ਖਾਨ ਨੇ ਜਦੋਂ ਉਹ ਨੀਹਾਂ 'ਚ ਚਿਣੇ ਸੀ, ਉਹਨੂੰ ਫਿਰ ਉਹਨੇ ਬਲਦਾ ਮਗਰ ਪਾ ਕੇ ਸਾਰੀ ਸਰਹੰਦ 'ਚ ਖਿੱਚਿਆ, ਗਿੱਟਿਆਂ ਨੂੰ ਪਾ ਕੇ ਰੱਸੇ ਬਲਦਾ ਮਗਰ ਪਾ ਲਿਆ, ਸਾਰੇ ਹੀ ਸਰਹੰਦ 'ਚ ਖਿੱਚਿਆ ਉਹ, ਆਹ ਹੈ ਕਲਮ ਉਹ। ਫਿਰ ਉਹਨੇ ਬੰਦਾ ਸਿੰਘ ਬਹਾਦਰ ਨੇ ਵੀ ਮੈਂ ਆਹ ਕਲਮ ਨੂੰ ਤੋੜਨ ਆਇਆ, ਮੰਨਣ ਨਹੀਂ ਆਇਆ, ਉਹ ਕੋਈ ਕਲਮ ਨਹੀਂ ਜਿਹੜੀ ਉੱਪਰੋਂ ਲਿਖਦੀ, ਇਹ ਕਲਮ ਨੇ ਲਿਖਿਆ। ਇਸੇ ਤਰ੍ਹਾਂ ਆਪਾਂ ਦਿੱਲੀ ਜਦੋਂ ਗਏ, ਜੇ ਆਪਾਂ ਐਂ ਕਹਿ ਦਿੰਦੇ ਬਈ ਇਹ ਤਾਂ ਜੀ ਉੱਤੋਂ ਉੱਤੋਂ ਲਿਖਿਆ ਵਾਪਰਦਾ ਸਾਰਾ, ਫਿਰ ਆਪਾਂ ਦਿੱਲੀ ਜਾ ਵੜਦੇ। ਲਿਖਣ ਵਾਲੀ ਕਲਮ ਤਾਂ ਇੱਥੇ ਸੀ, ਹਰੀ ਕਲਮ ਲਿਖਿਆ ਸੀ ਨਾ ਮੋਦੀ ਨੇ, ਇੱਥੋਂ ਵਾਲੀ ਕਲਮ ਨੂੰ ਆਪਾਂ ਪਛਾਣਿਆ ਨਾ ਕਿਹੜੀ ਕਲਮ ਆ ਉਹ ਫਿਰ ਜਾ ਕੇ ਤੋੜੀ ਆ ਨਾ, ਆਏ ਹਾਂ ਜਦੋਂ ਅਸੀਂ ਜਿੰਨਾ ਚਿਰ ਸਾਨੂੰ ਇਹ ਵਹਿਮ ਪਾਇਆ ਵੀ ਕੋਈ ਕਰਾਮਾਤ ਹੈ, ਕੋਈ ਇਹਦੇ ਪਿੱਛੇ ਸ਼ਕਤੀ ਹੈ, ਕੋਈ ਉੱਤੋਂ ਕਲਮ ਲਿਖਦੀ ਹੈ, ਅਸੀਂ ਲੜਨ ਜੋਗੇ ਨਹੀਂ ਰਹਿੰਦੇ, ਸਾਡੀਆਂ ਬਾਹਾਂ ਕੱਟ ਦਿੰਦੇ ਆ ਉਹ, ਅਸੀਂ ਲੜਾਂਗੇ ਤਾਂ ਜੇਕਰ ਅਸੀਂ ਇੱਥੋਂ ਵਾਲੀ ਕਲਮ ਨੂੰ ਪਛਾਣ ਲਿਆ ਵੀ ਹੋ ਬੈਠੀ ਕਲਮ ਲਿਖਣ ਵਾਲੀ ਪੁੱਤ ਮੇਰਿਆ ਲਿਖ ਕੇ ਵਿਖਾ ਗਲਤ, ਫਿਰ ਅਸੀਂ ਇਨਕਲਾਬ ਲਿਆਵਾਂਗੇ। ਸਾਡੀ ਇਹੀ ਦਰਸ਼ਕਾਂ ਨੂੰ ਬੇਨਤੀ ਹੈ, ਇੱਥੋਂ ਵਾਲੀਆਂ ਕਲਮਾਂ ਨੂੰ ਪਛਾਣੋ, ਆਹ ਹੁਣ ਮੌਕਾ ਹੈ ਪਛਾਣਨ ਦਾ ਕਲਮਾਂ ਨੂੰ, ਉਹ ਕਲਮਾਂ ਤੁਸੀਂ ਭੇਜਣੀਆਂ ਹਰੇ ਪੈਨ ਵਾਲੀਆਂ, ਜਿਹੜੀਆਂ ਕਲਮਾਂ ਨੇ ਜਾ ਕੇ ਖਿਲਵਾੜ ਕਰਨਾ, ਆਹ ਰੋਜ਼ ਆ ਹੁਣ ਅਸੀਂ ਵਿਹਨੇ ਹਾਂ ਸਿਆਸਤ 'ਚ, ਇੱਧਰੋਂ ਡੱਡੂ ਟਪੂਸੀ ਲਾਈ ਆ ਉੱਧਰ ਜਾ ਰਿਹਾ, ਉੱਧਰੋਂ ਡੱਡੂ ਟਪੂਸੀ ਲਾਈ ਉੱਧਰ ਜਾ ਰਿਹਾ, ਆਹ ਬੈਂਤ ਸਿੰਘ ਦੇ ਪੋਤੇ ਨੂੰ ਕੀ ਕੁਛ ਮਿਲਿਆ, ਮਿਲਿਆ ਨਾ ਇਹਨੇ ਸਮਝਿਆ ਕੁਛ, ਉਹ ਭਲਿਆ ਜਿੰਨੀ ਤੂੰ ਕਮਾਈ ਕਰ ਲਈ ਤੇਰੀ ਪੀੜੀਆਂ ਤੈਨੂੰ ਮੁੱਕਣੀ, ਜੇ ਐਂ ਮੰਨ ਲੈਂਦਾ ਚੱਲ
ਜਿੰਨੀ ਕਮਾਈ ਇਹਨੇ ਕਰ ਲਈ ਸੀ ਸਾਰੇ ਸਰਵਿਸ ਤੇ ਲੱਗ ਗਏ ਸੀ, ਤਿੰਨ ਕਿਸਮ ਦੀਆਂ ਚਾਰ ਕਿਸਮ ਦੀਆਂ ਪੈਨਸ਼ਨਾਂ ਮਿਲਦੀਆਂ, ਸਾਰਾ ਕੁਛ ਸੀ ਕੋਲੇ, ਕੀ ਲੋੜ ਸੀ ਜਿਵੇਂ ਕਹਿ ਦਈਏ ਗੰਦਾ ਲਵਾਉਣ ਦੀ? ਆ ਗੰਦਾ ਲਵਾ ਲਿਆ ਬੀਜੇਪੀ 'ਚ ਜਾ ਕੇ, ਬੀਜੇਪੀ 'ਚ ਮਗਰ ਲੋਕ ਪੰਜਾਬ ਦੇ ਡਾਂਗਾਂ ਚੱਕੀ ਫਿਰਦੇ, ਉਹ ਬੀਜੇਪੀ 'ਚ ਚਲਿਆ ਗਿਆ। ਕਿਉਂ ਗਿਆ? ਕਿਉਂਕਿ ਸਿਰਫ ਲੁਧਿਆਣਾ ਵੇਖ ਲਿਆ ਮਾਂ ਦੇ ਪੁੱਤ ਨੇ ਇਕੱਲਾ, ਵੀ ਲੁਧਿਆਣੇ 'ਚ ਪ੍ਰਦੇਸੀ ਮਜ਼ਦੂਰ ਬੈਠਾ, ਪ੍ਰਵਾਸੀ ਮਜ਼ਦੂਰ, ਉਹ ਜਿਹੜਾ ਪ੍ਰਵਾਸੀ ਮਜ਼ਦੂਰ ਆ ਉਹ ਉਹਦੇ 'ਚ ਬਿਹਾਰ ਦਾ ਹੋ ਸਕਦਾ ਕੋਈ ਮਾੜਾ ਮੋਟਾ ਹੰਗਾਰਾ ਹੋਵੇ, ਉਹ ਤੂੰ ਸਾਰੀ ਉਮਰ ਜਿਉਣੀ ਆ, ਐਂ ਗੰਦ ਲਵਾਉਂਦੇ ਇਹ ਆਪਦੇ ਲੀੜਿਆਂ ਨੂੰ ਆਏ, ਅਤੇ ਵੀ ਬਾਹਲਿਆਂ ਨੇ ਲਵਾਇਆ, ਕੀ ਕੀ ਉਹਦੇ ਨਾਲ ਉਮਰਾਂ ਲੰਘ ਜਾਣਗੀਆਂ? ਹੈਂ, ਅਤੇ ਕੋਈ ਪਾਰਟੀ ਕਦੇ ਰੱਖਿਆ ਇੰਦਰਾ ਇੰਦਰਾ ਇਜ ਇੰਡੀਆ ਅਤੇ ਇੰਡੀਆ ਇਜ ਇੰਦਰਾ ਕਹਿੰਦੇ ਹੁੰਦੇ ਸੀ, ਜਿਹੜੇ ਵੇਲੇ ਉਹਨੇ 75 ਦੀ ਐਮਰਜੈਂਸੀ ਲਾਈ ਆ ਉਸ ਵੇਲੇ ਇੰਦਰਾ ਦੇ ਸਾਹ ਨਹੀਂ ਝਾਕਦਾ ਕੋਈ, ਅਤੇ ਉਦੋਂ ਮਗਰੋਂ ਵੀ ਉਹ ਕਾਬਜ ਹੋ ਗਈ ਸੀ ਸਾਰਿਆਂ 'ਤੇ, ਜਿੱਧਰ ਨੂੰ ਹਵਾ ਮੋਦੀ ਨੂੰ ਭੇਜਦੀ ਸੀ ਉੱਧਰ ਐਂ ਸੌਂ ਜਾਂਦੇ ਸਾਰੇ, ਇੱਥੇ ਬਥੇਰੇ ਹੋਏ ਆ। ਪਰ ਜਦੋਂ ਮੈਂ ਫਿਰ ਦਰਸ਼ਕਾਂ ਨੂੰ ਕਹਿੰਦਾ ਜਦੋਂ ਇੱਥੋਂ ਵਾਲੀਆਂ ਕਲਮਾਂ ਨੂੰ ਤੁਸੀਂ ਪਛਾਣਨਾ ਸਿੱਖ ਗਏ ਵੀ ਕਲਮ ਲਿਖਣ ਵਾਲੀ ਇੱਥੇ ਬੈਠੀ ਤਾਂ ਕੋਈ ਨਹੀਂ ਗੀ, ਫਿਰ ਅਸੀਂ ਜਿੱਤ ਲਾਂਗੇ ਜੰਗ, ਆਹੀ ਰੌਲਾ ਬਸ, ਫਿਰ ਕਰਾਮਾਤ ਨੇ ਕਿਸੇ ਨੇ ਕੰਮ ਨਹੀਂ ਕਰਨੇ, ਫਿਰ ਕਿਸੇ ਨੇ ਸਾਡੇ ਮੂਹਰੇ ਨਹੀਂ ਖੜਨਾ। ਆ ਬਸ ਨਹੀਂ, ਉਹ ਇੱਕ ਗੱਲ ਕਹਿੰਦੇ ਆ, ਮਤਲਬ ਜਿਹੜੀ ਉਹ ਕਹਿੰਦੇ ਵੀ ਕੁਛ ਤਾਂ ਹੈ ਜਿਹੜਾ ਸਿਸਟਮ ਨੂੰ ਚਲਾ ਰਿਹਾ, ਅਜਿਹੀਆਂ ਕਰਾਮਾਤਾਂ ਕੋਈ ਕਰਨ ਵਾਲੀ ਸ਼ਕਤੀ ਤਾਂ ਬੈਠੀ ਹੈ ਜਿਹੜੀ ਸੂਰਜ ਚੜ੍ਹਾਉਂਦੀ ਹੈ, ਚੰਨ ਚੜ੍ਹਾਉਂਦੀ ਹੈ, ਜਿਹੜੀ ਸਾਰਾ ਕੁਛ ਕਰਦੀ ਹੈ, ਜਿਹੜੀ ਕਿਸੇ 'ਤੇ ਖਾਸ ਕਿਰਪਾ ਵੀ ਰੱਖਦੀ ਹੈ, ਕੋਈ ਇਹੋ ਜਿਹੀ ਹੈ? ਕਹਿੰਦੇ ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਵੀ ਜਿਹੜਾ ਬੰਦਾ ਰੱਬ ਨੂੰ ਮੰਨਦਾ ਨਾ ਉਹਨੂੰ ਇਹ ਗੱਲ ਤਾਂ ਮੰਨਣੀ ਪੈਣੀ ਹੈ ਵੀ ਉਹਦੇ ਹਿਲਾਏ ਬਿਨਾਂ ਪੱਤਾ ਨਹੀਂ ਹਿੱਲਦਾ, ਮੰਨਣੀ ਪਊਗੀ ਨਾ? ਮੰਨਣੀ ਪਊ। ਅਤੇ ਜਦੋਂ ਉਹਨਾਂ ਦੇ ਬੱਚਾ ਨਹੀਂ ਹੁੰਦਾ ਉਦੋਂ ਉਹ ਜਾਂਦੇ ਆ ਫਿਰ ਆਪਦੇ ਜਿੱਥੇ ਉਹਨਾਂ ਦਾ ਆਸਰਾ ਹੈ, ਚਾਹੇ ਗੁਰਦੁਆਰਾ, ਚਾਹੇ ਉਹ ਮੰਦਰ ਆ, ਚਾਹੇ ਉਹ ਮਸਜਿਦ ਆ, ਚਾਹੇ ਜਾਂਦੇ ਆ ਜਾਂ ਬਾਬਾ ਉਹਦੇ ਕੋਲ ਜਾਂਦੇ ਨਾ ਵੀ ਹੁਣ ਸਾਡੇ ਜੀ ਬੱਚਾ ਨਹੀਂ ਹੋਇਆ ਸਾਨੂੰ ਬੱਚਾ ਦੇ, ਜਾਂ ਸਾਡੇ ਕੁੜੀਆਂ ਹੋ ਗਈਆਂ ਸਾਨੂੰ ਮੁੰਡਾ ਦੇ, ਉਦੋਂ ਜਾਂਦੇ ਆ। ਅਤੇ ਜਦੋਂ ਬੰਦ ਕਰਨਾ ਉਦੋਂ ਕਦੋਂ ਨਹੀਂ ਜਾਂਦੇ? ਬੰਦ ਕਰਨ ਵਾਲੇ ਤਾਂ 98% ਆ, ਨਾ ਉਹਦਾ ਕੋਈ ਸਾਹ ਤਵੀਤ ਦਿੰਦਾ, ਨਾ ਕੋਈ ਬਾਬਾ ਪੜ ਤੇ ਥਾਪੀ ਮਾਰਦਾ ਵੀ ਆ ਜਾਓ ਭਾਈ ਮੇਰੇ ਕੋਲ ਤਵੀਤ ਲੈ ਜਾਓ ਬੱਚਾ ਬੰਦ ਹੋ ਜੂਗਾ। ਕਿਉਂ? ਕਿਉਂਕਿ ਮਹੀਨੇ ਬਾਅਦ ਹੀ ਰਿਜ਼ਲਟ ਸਾਹਮਣੇ ਹੈ। ਜੇ ਉਹ ਮੰਨਦੇ ਆ ਨਾ, ਮੰਨਣ ਦਾ ਪਖੰਡ ਕਰਦੇ ਆ ਸਾਰੇ, ਇੱਕ ਬੰਦਾ ਵੀ ਨਹੀਂ ਮੰਨਦਾ ਉਸ ਕਲਮ ਨੂੰ, ਜੇ ਉਸ ਕਲਮ ਨੂੰ ਮੰਨਦੇ ਵੀ ਉਹਦੇ ਕਲਮ ਬਿਨਾਂ ਪਤਾ ਨਹੀਂ ਹਿੱਲਦਾ, ਫਿਰ ਬੰਦ ਕਰਨ ਵੇਲੇ ਵੀ ਉੱਥੇ ਜਾਣ ਅਤੇ ਸਾਡੇ ਨਾਲ ਇੱਥੇ ਆ ਕੇ ਪਾ ਲੈਣ ਆੜੀ, ਵਿਆਹ ਚੱਲਿਆ ਜੇ ਅਸੀਂ ਬੰਦ ਕਰਨ ਵੇਲੇ ਫਲਾਨੇ ਬਾਬੇ ਕੋਲ, ਲੈ ਸਾਡੇ ਹੁਣ ਬੱਚਾ ਨਹੀਂ ਹੋਊ ਲੱਗ ਜੂ ਪਤਾ, ਪਖੰਡ ਕਰਦੇ ਆ ਸਾਰੇ। ਸਾਰੀਆਂ ਬਿਮਾਰੀਆਂ ਕਿਹਨੇ ਭੇਜੀਆਂ ਸਾਡੇ ਕੋਲ? ਚੇਚਕ ਕਿਹਨੇ ਭੇਜੀ? ਪਲੇਗ ਕਿਹਨੇ ਭੇਜੀ? ਜੇ ਉਹਦੇ ਬਿਨਾਂ ਪੱਤਾ ਨਹੀਂ ਹਿੱਲਦਾ ਫਿਰ ਉਹ ਬਿਮਾਰੀਆਂ ਕਿਹਨੇ ਭੇਜੀਆਂ? ਅਤੇ ਹਟਾਈਆਂ ਕਿਹਨੇ? ਆ ਕਰੋਨਾ ਕਿਹਨੇ ਭੇਜਿਆ? ਹਟਾਇਆ ਕਿਹਨੇ? ਹਲਕਾ ਕਿਹਨੇ ਭੇਜਿਆ? ਹਟਾਇਆ ਕਿਹਨੇ? ਕਿੰਨੀਆਂ ਬਿਮਾਰੀਆਂ ਧਰਤੀ 'ਤੇ ਆਈਆਂ ਜਿਹੜੀਆਂ ਬਿਮਾਰੀਆਂ ਵਿਗਿਆਨ ਨੇ ਖਤਮ ਕਰਤੀਆਂ? ਪਲੇਗ ਸੀ, ਇੱਕ ਬੰਦੇ ਨੂੰ ਫੂਕ ਕੇ ਆਉਂਦੇ ਸੀ, ਕਦੇ ਪੁੱਛ ਕੇ ਵੇਖੋ ਆਪਦੇ ਦਾਦਿਆਂ ਤੋਂ, ਇੱਕ ਬੰਦੇ ਨੂੰ ਫੂਕ ਕੇ ਆਉਂਦੇ ਸੀ, ਉਹਦੇ ਆਉਂਦੇ ਨੂੰ 3 ਹੋਰ ਪਏ ਹੁੰਦੇ ਸੀ, ਉਹਨੂੰ ਚੱਕਦੇ ਵੀ ਨਹੀਂ ਸੀ, ਵੰਝਾਂ ਵੁੰਝਾਂ ਨਾਮ ਮਤਲਬ ਚੱਕ ਚੁੱਕ ਕੇ ਲੰਮੇ ਕਾਸੇ ਨਾਲ ਵੀ ਹੱਥ ਨਾਲ ਨਹੀਂ ਨੇੜੇ ਨਹੀਂ ਜਾਣਾ, ਸੋਹਣਾ ਨਹੀਂ, ਬਿਮਾਰੀ ਦਾ ਨਹੀਂ ਸੀ ਪਤਾ ਵੀ ਕਿੱਥੋਂ ਆਉਂਦੀ ਹੈ। ਉਹ ਵਿਗਿਆਨੀ ਨੇ ਇੱਕ ਨੇ ਸਮਝ ਲਿਆ ਵੀ ਇੱਕ ਬੰਦੇ ਨੇ ਚੂਹਾ ਚੱਕਿਆ ਸੀ, ਉਹ ਚੂਹੇ 'ਚ ਦੇ ਪਿੱਸੂ ਸੀਗੇ, ਪਿੱਸੂ ਉਸ ਬੰਦੇ 'ਤੇ ਗਿਆ, ਉਹਨੇ ਉਹ ਲਿੰਕ ਲੱਭ ਲਿਆ ਵੀ ਜਿਹੜੇ ਪਿੱਸੂ ਹੈ ਇਹ ਜਦੋਂ ਜਿਹੜੇ ਬੰਦੇ ਨੂੰ ਇਹ ਕੱਟਦੇ ਹੈ ਉਹ ਉਸ ਬੰਦੇ ਦੇ ਪਲੇਗ ਪੈਦਾ, ਜੋ ਮਗਰੋਂ ਉਹਦਾ ਉਹਦਾ ਇਲਾਜ ਵੀ ਲੱਭ ਗਿਆ ਕਿਉਂਕਿ ਉਹਦਾ ਲਿੰਕ ਲੱਭ ਗਿਆ। ਜਦੋਂ ਲਿੰਕ ਲੱਭ ਜਾਂਦਾ ਉਦੋਂ ਇਲਾਜ ਲੱਭ ਜਾਂਦਾ, ਕਿਹੋ ਜਿਹੀ ਬਿਮਾਰੀ ਕਿਤੋਂ ਆ ਜੀ? ਐ ਮਸਲਾ, ਕੋਈ ਸ਼ਕਤੀ ਨਹੀਂ, ਜੇ ਕੋਈ ਸ਼ਕਤੀ ਹੈ ਸਾਡੀਆਂ 23 ਸ਼ਰਤਾਂ
23 ਸ਼ਰਤਾਂ ਦਾ ਤੁਸੀਂ ਵਿੱਚ ਬੋਰਡ ਲਾ ਦਿਓ, ਮੈਂ ਤੁਹਾਨੂੰ ਦੇ ਦੂੰਗਾ। ਉਹਦੇ 'ਚ ਸ਼ਰਤਾਂ ਕੀ ਆ ਵੀ ਕੋਈ ਪਾਣੀ 'ਤੇ ਚੱਲ ਕੇ ਵਿਖਾ ਸਕਦਾ ਹੋਵੇ, ਕੋਈ ਸ਼ਰਾਬ ਦਾ ਦੁੱਧ ਬਣਾ ਦੇਵੇ ਦੁੱਧ ਦੀ ਸ਼ਰਾਬ ਬਣਾ ਦੇਵੇ, ਕੋਈ 5 ਹੱਥਾਂ ਨੂੰ 10 ਹੱਥਾਂ ਨੂੰ ਦੇਖ ਕੇ ਔਰਤਾਂ ਦੇ ਅਤੇ ਮਰਦਾਂ ਦੇ ਦੱਸ ਦੇਵੇ 5 ਲੱਖ ਰੁਪਈਏ ਦਾ ਸ਼ਾ। ਇਹੋ ਜਿਹੀਆਂ ਸ਼ਰਤਾਂ ਸਾਡੀਆਂ 23, ਜੇ ਕੋਈ ਗਏ ਵੀ ਸ਼ਕਤੀ ਕਿਸੇ ਕੋਲ ਹੈਗੀ ਹੈ ਫਿਰ ਸਮਾਂ ਉਹਨਾਂ ਦਾ ਬੋਲਬਾਲਾ ਹੋਊਗਾ। ਜਿੰਨੀ ਉਹਨਾਂ ਦੀ ਹੁਣ ਦੁਕਾਨ ਚੱਲਦੀ ਹੈ 100 ਗੁਣਾ ਦੁਕਾਨ ਚੱਲੂ। ਲੋਕ ਆ ਵੱਡੇ ਵੱਡੇ ਬੋਰਡ ਲਾ ਕੇ ਦੱਸਣਗੇ ਅਸੀਂ ਤਰਕਸ਼ੀਲਾਂ ਨੂੰ ਹਰਾ ਤਾ ਬਈ ਲਾਉਣਗੇ ਨਾ, ਉਹਨਾਂ ਨੂੰ ਚਾਹੀਦਾ ਨਹੀਂ ਹੈ ਕੁਛ, ਉਹਨਾਂ ਨੂੰ ਖੁਦ ਪਤਾ ਵੀ ਸਾਡੇ ਕੋਲ ਕੁਛ ਨਹੀਂ, ਤਾਂ ਆਉਂਦੇ ਨਹੀਂ। ਅਸੀਂ ਬਾਜਾਂ ਮਾਰਦੇ ਹਾਂ ਉਹ ਯਾਰ ਦਿਖਾਓ, ਅਸੀਂ ਕਹਿੰਦੇ ਤੁਸੀਂ ਦੱਸੋ ਕਿੱਥੇ ਆਈਏ, ਅਸੀਂ ਉੱਥੇ ਆ ਜਾਂਦੇ ਹਾਂ। ਆ ਜੋਤਿਸ਼ੀਆਂ ਦੇ 2 ਸੰਮੇਲਨਾਂ 'ਚ ਵੱਡਿਆਂ 'ਚ ਜਾ ਆਇਆ ਮੈਂ, 3 ਅਤੇ 4 ਮਈ 2008 ਨੂੰ ਬੈਂਕਠਾਲ ਅਤੇ ਧਰਮਸ਼ਾਲਾ, 2 ਸੰਮੇਲਨਾਂ 'ਚ ਜਿੱਥੇ 500-500 ਜੋਤਿਸ਼ੀ ਬੈਠਾ ਸੀ, ਉਹਨਾਂ ਦੀ ਸਟੇਜ ਤੋਂ ਜਾ ਕੇ ਮੈਂ ਸਵਾਲ ਕਰਕੇ ਆਇਆ। ਇੱਕ ਜੋਤਿਸ਼ੀ ਨੇ ਮੇਰਾ ਹੁਣ ਤੱਕ ਜਵਾਬ ਨਹੀਂ ਦਿੱਤਾ, ਨਾਲੇ ਮੇਰੀ ਕਿਤਾਬ ਲਿਖੀ ਵੀ ਹੈ, 10 ਹੀ ਸਵਾਲ ਆ ਉਹਦੇ 'ਚ। ਪੁੱਛਿਆ ਕੀ ਆ ਵੀ ਜਨਮ ਕੁੰਡਲੀ ਦੇਖ ਕੇ ਦੱਸਣਾ ਮਰਦ ਦੀ ਔਰਤ ਦੀ ਆ ਕਿ ਖੁਸਰੇ ਦੀ ਆ, ਕਿੱਡਾ ਕੌਖਾ, ਤੁਹਾਡੀ ਸਾਰੀ ਜ਼ਿੰਦਗੀ ਦੱਸੀ ਜਾਂਦੀ ਹੈ, ਮਰਦ ਦੀ ਆ ਜ਼ਿੰਦਗੀ ਔਰਤ ਨਾਲ ਕਿਵੇਂ ਰਲਜੂ ਅਤੇ ਖੁਸਰੇ ਨਾਲ ਕਿਵੇਂ ਰਲਜੂ, ਖੁਸਰੇ ਦੀਆਂ ਕਮਾਈਆਂ ਹੋਰ, ਖੁਸਰੇ ਦਾ ਜਿਉਣ ਢੰਗ ਹੋਰ, ਖੁਸਰੇ ਦੇ ਬੱਚਾ ਨਾ ਪੈਦਾ ਕਰਨ ਜੋਗੀ ਸ਼ਕਤੀ ਨਹੀਂ ਗੀ। ਮਰਦ ਦੀ ਕੁੰਡਲੀ 'ਚ ਵੀ ਤੁਹਾਨੂੰ ਉਹ ਕੁਛ ਲਿਖਣਾ ਪਊਗਾ, ਔਰਤ ਦੀ ਕੁੰਡਲੀ 'ਚ ਵੀ ਉਹ ਲਿਖਣਾ ਪਊ, ਮਰਦ ਦੀ ਕੁੰਡਲੀ 'ਚ ਤੁਹਾਨੂੰ ਹੋਰ ਚੀਜ਼ਾਂ ਲਿਖਣੀਆਂ ਪੈਣਗੀਆਂ ਕਿਉਂਕਿ ਉਹਨੇ ਆਪਦੇ ਘਰੇ ਰਹਿਣਾ, ਔਰਤ ਦੀ ਕੁੰਡਲੀ 'ਚ ਤੁਹਾਨੂੰ ਹੋਰ ਚੀਜ਼ਾਂ ਲਿਖਣੀਆਂ ਪੈਣਗੀਆਂ, ਉਹਨੇ ਬਗਾਨੇ ਘਰੇ ਜਾਣਾ। ਜ਼ਿੰਦਗੀ ਅਸਮਾਨ ਦਾ ਫਰਕ ਹੈ ਇਹਦੇ 'ਚ, ਦੋਨਾਂ ਦਾ ਫਰਕ ਹੈ, ਹਾਂ ਮਤਲਬ ਧਰਤੀ ਅਸਮਾਨ ਦਾ ਫਰਕ ਹੈ ਨਾ, ਅਤੇ ਫਿਰ ਕੀ ਗੱਲ ਬਈ, ਜੇ ਇੰਨਾ ਫਰਕ ਹੈ ਤਾਂ ਫਿਰ ਉਹ ਦੱਸ ਕਾਹਤੋਂ ਨਹੀਂ ਸਕਦੇ ਦੇਖ ਕੇ ਦੱਸਣ। ਆਹੀ ਸ਼ਰਤਾਂ, ਸਾਨੂੰ ਪਤਾ ਵੀ ਉਹਨਾਂ ਕੋਲ ਕੁਛ ਨਹੀਂ, ਉਹਨਾਂ ਨੂੰ ਵੀ ਪਤਾ ਵੀ ਸਾਡੇ ਕੋਲ ਕੁਛ ਨਹੀਂ, ਸਿਰਫ ਚੇਲਿਆਂ ਨੂੰ ਨਹੀਂ ਪਤਾ, ਸਿਰਫ ਗਮਰਾਹ ਹੋਏ ਲੋਕਾਂ ਨੂੰ ਨਹੀਂ ਪਤਾ ਵੀ ਉਹਨਾਂ ਦੇ ਕੋਲ ਕੁਛ ਨਹੀਂ। ਅਸੀਂ ਇਹਨਾਂ ਨੂੰ ਇਹੀ ਗੱਲ ਕਹਿੰਦੇ, ਅਸੀਂ ਤੁਹਾਡੇ ਦੁਸ਼ਮਣ ਨਹੀਂ ਗੇ ਦਰਸ਼ਕੋ, ਅਸੀਂ ਕਹਿੰਦੇ ਹਾਂ ਵੀ ਤੁਹਾਡੀ ਜੇਬ ਦਾ ਪੈਸਾ ਤੁਹਾਡੀ ਜੇਬ 'ਚ ਰਹੇ, ਜਿੰਨਾ ਚਿਰ ਉਹ ਤੁਹਾਡੀ ਜੇਬ 'ਚ ਆ ਤੁਹਾਡੇ ਬੱਚਿਆਂ ਦੀ ਪੜ੍ਹਾਈ 'ਤੇ ਲੱਗਦਾ, ਤੁਹਾਡੇ ਬੱਚਿਆਂ ਦੇ ਵਿਦੇਸ਼ ਜਾਣ 'ਤੇ ਲੱਗਦਾ, ਤੁਹਾਡੇ ਬੱਚਿਆਂ ਦੀ ਸੰਭਾਲ 'ਤੇ ਲੱਗਦਾ, ਉਹਨਾਂ ਦੀ ਬਿਮਾਰੀ ਨੂੰ ਠੀਕ ਕਰਨ 'ਤੇ ਲੱਗਦਾ, ਉਹਨਾਂ ਦੀ ਤੰਦਰੁਸਤੀ ਵਾਸਤੇ ਲੱਗਦਾ, ਉਹਨਾਂ ਚਿਰ ਉਹ ਪੈਸਾ ਤੁਹਾਡਾ। ਜਿੱਦਾਂ ਉਹ ਪੈਸਾ ਬਾਬੇ ਦੇ ਜਾ ਵੜਿਆ, ਉਹਦੇ ਤੁਹਾਨੂੰ ਮਾਨਸਿਕ ਤੌਰ 'ਤੇ ਉਹ ਗੁੰਮਰਾਹ ਵੀ ਕਰ ਗਿਆ ਅਤੇ ਤੁਹਾਡਾ ਬਹੁਤ ਵੱਡਾ ਨੁਕਸਾਨ ਵੀ ਕਰ ਗਿਆ। ਇਹ ਤਾਂ ਗੱਲ ਠੀਕ ਹੈ, ਪਰ ਮਤਲਬ ਮੈਂ ਗੱਲ 'ਤੇ ਆਉਣਾ, ਉਹ ਕਹਿੰਦੇ ਵੀ ਜਿੰਨਾ ਮਰਜ਼ੀ ਆਹ ਤਰਕਸ਼ੀਲ ਜਾਂ ਕੋਈ ਬਾਹਲੇ ਵਿਗਿਆਨਕ ਬਣ ਕੇ ਜਾਂ ਬਾਹਲੇ ਬੁੱਧੀਜੀਵੀ ਪੜ੍ਹੇ ਲਿਖੇ ਬਣ ਕੇ ਜਿੰਨਾ ਮਰਜ਼ੀ ਵਿਰੋਧ ਕਰੀਆਂ, ਜਿੱਦੇ ਪੈਂਦੀ ਆ ਉਹਦੇ ਇਹ ਵੀ ਇਹਨਾਂ ਦੀ ਵੀ ਚੀਕ ਨਿਕਲ ਜਾਂਦੀ ਹੈ। ਮੈਂ ਕਿਹਦੀ ਦੱਸੋ, ਸਾਨੂੰ ਦੱਸ ਦੇਣ ਕਿਹਦੀ ਨਿਕਲ ਗਈ ਚੀਕ, ਜਿਹੜੇ ਬਾਹਲੇ ਕਹਿੰਦੇ ਸਿਆਣੇ ਬਣਦੇ ਆ, ਨਾ ਨਾ ਕਿਹਦੀ ਨਿਕਲੀ ਆ ਦੱਸ ਦੇਣ ਵੀ ਆਹ ਭਾਈ ਵਗਿਆ ਬੰਦਾ ਜਿਹੜਾ ਸੀਗਾ ਤਰਕਸ਼ੀਲ ਸੀਗਾ, ਇਹ ਮਗਰੋਂ ਹੋ ਕੇ ਆਏ ਹੋ ਗਿਆ, ਕੁਛ ਉਦਾਹਰਨਾਂ ਵਾਪਰ ਸਕਦੀਆਂ ਜੀ ਮੈਂ ਸਾਰੀ, ਕਿਉਂਕਿ ਕਈ ਬੰਦੇ ਮਾਨਸਿਕ ਤੌਰ 'ਤੇ ਉਹਨਾਂ ਦੇ ਜੀ ਨੇ। ਹੁਣ ਮੈਂ ਤੁਹਾਨੂੰ ਕਾਮਰੇਡਾਂ ਦੀ ਉਦਾਹਰਨ ਦੇ ਦਿਆਂ, ਚੱਲ ਕਾਮਰੇਡ ਤੁਸੀਂ ਸੋਧਵਾਦੀ ਕਹਿਤਾ, ਤੁਸੀਂ ਸਭ ਕੁਛ ਕਹਿਤਾ, ਪਰ ਉਹ ਆਈਡੀਓਲੋਜੀ ਪੱਖੋਂ ਪੜ੍ਹਾਈ ਪੱਖੋਂ ਉਹਨਾਂ ਦੇ ਦਿਮਾਗ 'ਚ ਉਹ ਗੱਲ ਬੈਠੀ ਆ ਵੀ ਯਾਰ ਭ੍ਰਿਸ਼ਟਾਚਾਰ ਆਹ ਹੁੰਦਾ, ਇਹ ਇਸ ਪਾਸੇ ਵੀ ਹੋ ਸਕਦਾ, ਇਸ ਪਾਸੇ ਵੀ, ਇਸ ਰਸਤੇ ਵੀ ਆ ਸਕਦਾ। ਆਹ ਹੁਣ ਜਿਹੜੇ ਇਲੈਕਟ੍ਰੋਲ ਬੌਂਡ ਸੀ, ਇਹ ਕਮਿਊਨਿਸਟ ਪਾਰਟੀਆਂ ਨੇ ਕਿਉਂ ਜਵਾਬ ਦਿੱਤਾ ਵੀ ਅਸੀਂ ਨਹੀਂ ਲੈਣੇ, ਬਈ ਦੂਜੀਆਂ ਸਾਰੀਆਂ ਨੇ ਲੈ ਲਏ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਬੇਈਮਾਨੀ ਹੈ, ਉਹਨਾਂ ਨੇ ਪੜ੍ਹਿਆ ਵੀ ਇਹ, ਦੂਜਿਆਂ ਨੇ ਪੜ੍ਹਿਆ ਹੀ ਨਹੀਂ। ਇਸੇ ਤਰ੍ਹਾਂ ਹੋਰ ਦੇਖੋ ਕੇਰਲਾ ਦੇ ਵਿੱਚ ਕਿਤੇ ਸਰਕਾਰ ਕਾਮਰੇਡਾਂ ਹੀ ਚੱਲਦੀ, ਕੇਰਲਾ 'ਚੋਂ ਕੱਲ੍ਹ ਤੋਂ ਨਾ ਕਿਸੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਕਰਤਾ ਵੀ ਇਹਨੇ ਜਾ ਕੇ, ਆ ਜਿਹੜੀ ਆ ਈਡੀ ਫਿਰਦੀ ਆ ਇਹਨਾਂ ਦੀ ਭੂਸਰੀ, ਇਹ ਈਡੀ ਨੇ ਮਮਤਾ ਬੈਨਰਜੀ ਜੀ ਤੋਂ ਪਹਿਲਾਂ 35 ਸਾਲ ਰਾਜ ਕਰ ਗਏ ਇੱਥੇ ਕਾਮਰੇਡ, ਉਹ ਕੱਲ੍ਹ ਉਹਨਾਂ ਦਾ ਬਲੇ ਜਾ ਕੇ, ਨਾਲੇ ਕਾਮਰੇਡ ਸਭ ਤੋਂ ਵੱਡੇ ਦੁਸ਼ਮਣ ਹੈ, ਕੱਲ੍ਹ ਉਹਨਾਂ ਦਾ ਬਲੇ ਜਾ ਕੇ, ਕਿਉਂਕਿ ਉਹ ਆਈਡੀਓਲੋਜੀ ਪੱਖੋਂ ਇੰਨਾ ਕੁ ਤਾਂ ਉਹਨਾਂ ਨੂੰ ਪਤਾ ਨਾ। ਅਤੇ ਇਹੀ ਗੱਲ ਆ ਵੀ ਤੁਸੀਂ ਤਰਕਸ਼ੀਲ ਸਾਹਿਤ ਪੜ੍ਹ ਲਿਆ, ਜਿਵੇਂ ਇਲੈਕਟ੍ਰੋਲ ਬੌਂਡ ਤੋਂ ਉਹਨਾਂ ਨੂੰ ਪਹਿਲਾਂ ਪਤਾ ਸੀ ਵੀ ਇਹਦਾ ਕਦੇ ਵੀ
ਝਗੜਾ ਚੌੜ ਹੋ ਸਕਦਾ, ਕਦੇ ਵੀ ਇਹ ਮੈਦਾਨ 'ਚ ਆ ਸਕਦੀ ਹੈ ਇਸ ਗੰਦ ਨੂੰ ਲੈ ਕੇ। ਉਹਨਾਂ ਨੂੰ ਪਹਿਲਾਂ ਪਤਾ ਸੀ, 2018 'ਚ ਲਾਗੂ ਹੋਇਆ ਇਹ, 17 'ਚ 6-7 ਸਾਲ ਤਾਂ ਹੋ ਗਏ, ਸੱਤ ਕੀ ਪਤਾ ਹੋਰ ਕਿੰਨਾ ਹੀ ਚਿਰ ਚੱਲੀ ਜਾਂਦੇ ਜੇ ਉਹ ਜਾਗਦੀ ਜ਼ਮੀਰ ਵਾਲੇ ਵਕੀਲ ਨਾ ਹੁੰਦੇ ਜਾਂਦੇ ਨਾ ਪ੍ਰਸ਼ਾਂਤ ਭੂਸ਼ਣ ਹੋਣੀ, ਕੀ ਪਤਾ ਕਿੰਨਾ ਚਿਰ ਜੇ ਚੱਲੀ ਜਾਂਦੇ। ਅਤੇ ਇਹਦਾ ਮਤਲਬ ਫਿਰ ਕਾਮਰੇਡ ਨੇ ਲੰਮਾ ਸਮਾਂ ਧੋਖਾ ਹੀ ਖਾਈ ਜਾਣਾ ਸੀ। ਅਤੇ ਹੁਣ ਕਾਮਰੇਡ ਆ ਗਏ, ਉਹ ਬਰਾਬਰ ਬਹਿੰਦੇ ਹਰੇਕ ਜਾ ਕੇ ਚੈਨਲ 'ਤੇ ਵੀ ਆਓ ਭਾਈ ਸਾਡੇ ਨਾਲ ਕਰੋ ਗੱਲ, ਵੀ ਅਸੀਂ ਕਾਹਤੋਂ ਜਵਾਬ ਦਿੱਤਾ ਸੀ। ਆਹ ਹੁੰਦਾ ਆਈਡੀਓਲੋਜੀ ਪੱਖੋਂ ਸਾਨੂੰ ਤਕੜੇ ਹੋਣਾ ਪਊਗਾ। ਮੈਂ ਫਿਰ ਕਹਿ ਦਿਆਂ ਮਿੰਟੂ ਦੀ ਇਹਦੇ ਪਿੱਛੇ ਬੇਈਮਾਨੀ ਨਹੀਂ ਗਈ, ਬੰਦਾ ਬਹੁਤ ਵਧੀਆ, ਪਰ ਉਹਨੇ ਤਰਕਸ਼ੀਲ ਸਾਹਿਤ ਨਹੀਂ ਪੜ੍ਹਿਆ। ਜੇ ਤਰਕਸ਼ੀਲ ਸਾਹਿਤ ਪੜ੍ਹਿਆ ਹੁੰਦਾ ਦਿਮਾਗੀ ਤੌਰ 'ਤੇ ਫਿਰ ਸਾਨੂੰ ਉਹ ਇੰਨਾ ਤਕੜਾ ਕਰ ਦਿੰਦੇ ਵੀ ਸਾਡੇ ਮੂਹਰੇ ਕੋਈ ਸ਼ਕਤੀ ਕਿਸੇ ਕਿਸਮ ਦਾ, ਕੋਈ ਖੇਡੇ ਵਾਲਾ ਆ ਜਾਵੇ, ਕੋਈ ਜਾਦੂਗਰ ਆ ਜਾਵੇ, ਕੋਈ ਕੁਛ ਆ ਜਾਵੇ, ਸਾਨੂੰ ਗੁੰਮਰਾਹ ਨਹੀਂ ਕਰ ਸਕਦਾ। ਬਸ ਅਸੀਂ ਐਂ ਨਹੀਂ ਸੋਚ ਸਕਦੇ ਵੀ ਯਾਰ ਇਹਦੇ ਇਹਦੀ ਜੇ ਇਹਨੇ ਕੁੜੀ ਕੱਟਤੀ ਵਿਚਾਲਿਓ ਵੀ ਇਹਦੇ ਕੋਲ ਸ਼ਕਤੀ ਹੈ, ਸ਼ਕਤੀ ਨਾ ਕੱਟੀ ਗਈ। ਨਾ, ਅਸੀਂ ਨਹੀਂ ਇਹ ਸੋਚ ਸਕਦੇ ਵੀ ਗਲ ਕੱਟਿਆ ਵਾ ਤਾਂ ਐਂ ਜੋੜ ਦੂਗਾ ਕੋਈ, ਅਸੀਂ ਨਹੀਂ ਸੋਚ ਸਕਦੇ, ਕਦੇ ਨਹੀਂ ਸੋਚਾਂਗੇ, ਕਿਉਂਕਿ ਸਾਨੂੰ ਪਤਾ ਅਸੀਂ ਪੜ੍ਹ ਲਿਆ ਵੀ ਗੈਵੀ ਸ਼ਕਤੀ ਕੋਈ ਨਹੀਂ ਹੁੰਦੀ, ਇਹ ਗੈਵੀ ਸ਼ਕਤੀ ਦੇ ਨਾਲ ਕੀਤੀਆਂ ਹੋਈਆਂ ਗੱਲਾਂ ਨਾਲ ਇਹਨਾਂ ਨੂੰ ਜੋੜਦੇ ਆ ਅਤੇ ਫਿਰ ਉਹ ਤੁਹਾਨੂੰ ਪਤਾ ਹੀ। ਇੱਕ ਗੱਲ ਹੋਰ ਵੀ ਜੇ ਕੋਈ ਸਵਾਲ ਉਠਾਉਂਦਾ ਚੀਜ਼ਾਂ ਦੇ ਉੱਤੇ ਤਾਂ ਜਾਂ ਤਾਂ ਫਿਰ ਕਹਿੰਦੇ ਵੀ 295 ਹੋ ਜਾਂਦਾ ਹੁਣ। ਹਾਂ, 295 ਮੇਰੇ ਤੇ ਲੱਗੀ ਆ, ਮੂਸੇ ਵਾਲੇ ਨੇ ਵੀ ਕਿਹਾ ਸੀ ਸੱਚ ਬੋਲੇਗਾ ਤਾਂ ਮੇਰੇ ਲੱਗੂਗੀ ਇਹ, ਠੀਕ ਹੈ, ਤੇ ਜਾਂ ਫਿਰ ਮਾਫੀਆਂ ਮੰਗਾਈਆਂ ਜਾਂਦੀਆਂ। ਮੈਂ ਨਾ ਵੀ ਵੀਰ ਜੀ ਅਸਲ 'ਚ ਪਤਾ ਵੀ 295 ਵੀ ਦੋ ਕਿਸਮ ਦੇ ਹਥਿਆਰ ਆ। ਪਹਿਲਾ ਜਿਹੜਾ ਹਥਿਆਰ ਆ ਉਹਦੇ 'ਚ ਤਰਕਸ਼ੀਲ ਨੇ ਵੀ ਕਿਸੇ ਨੇ ਕਾਬੂ ਨਹੀਂ ਆਉਣਾ, ਕਿਸੇ ਵਿਗਿਆਨਕ ਬੰਦੇ ਨੇ ਕਾਬੂ ਨਹੀਂ ਆਉਣਾ, ਕਿਸੇ ਨੇ ਦੂਜੇ ਨੇ ਨਹੀਂ ਆਉਣਾ, ਜਿਹੜਾ ਸਮਝ ਰੱਖਦਾ ਉਹ ਹਥਿਆਰ ਕੀ ਆ ਪਹਿਲਾਂ 295 ਇਕੱਲਾ ਕੀ ਆ। 295 ਇਹ ਆ ਇਕੱਲਾ ਵੀ ਤੁਸੀਂ ਕਿਸੇ ਧਾਰਮਿਕ ਗ੍ਰੰਥ ਦੇ ਪੰਨੇ ਪਾੜ ਦਿਓ ਜਾ ਕੇ ਉਹਦੇ ਧਾਰਮਿਕ ਸਥਾਨ ਨੂੰ ਸਿੱਧੇ ਤੌਰ 'ਤੇ ਕੋਈ ਨੁਕਸਾਨ ਪਹੁੰਚਾਉਂਦੇ ਹੋ, ਉਹ ਹੈ ਉਹ ਸਾਡੀ ਅਸੀਂ ਤਰਕਸ਼ੀਲ ਬੰਦਾ ਕਦੇ ਫੜਿਆ ਜਾਊਗਾ ਵੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲੱਗ ਜੂ ਜਾਂ ਕੁਰਾਨ ਨੂੰ ਪੜ੍ਹਨ ਲੱਗ ਜੂ ਜਾਂ ਉਹਨਾਂ ਨੂੰ ਪੜ੍ਹਨ ਲੱਗ ਨਾ। ਸਾਡਾ ਹੈ ਵੀ ਉਹਦੇ ਵਿੱਚ ਆਹ ਗੱਲ ਭਾਈ ਸਾਨੂੰ ਠੀਕ ਨਹੀਂ ਲੱਗਦੀ, ਇਹ ਗਲਤ ਲਿਖੀ ਵੀ ਹੈ, ਅਸੀਂ ਉਹਦੀ ਤਰਕਸ਼ੀਲ ਢੰਗ ਦੇ ਨਾਲ ਪੜਤਾਲ ਕਰਾਂਗੇ, ਪੜਤਾਲ ਕਰਕੇ ਅਸੀਂ ਲੋਕਾਂ 'ਚ ਲੈ ਕੇ ਜਾਵਾਂਗੇ। ਉਹ 295 ਏ ਹੈ ਪੜਤਾਲ ਕਰਕੇ ਲੋਕਾਂ 'ਚ ਬੋਲਣਾ, ਉਹ ਕਹਿੰਦੇ ਵੀ ਉਹ ਵੀ ਤੁਸੀਂ ਕਿਉਂ ਬੋਲਦੇ ਆ ਆਹ ਰੌਲਾ, ਬਸ ਅਸੀਂ ਤਾਂਹੀਓ ਉਹ 295 ਜਿਹੜੀ ਏ ਹੈ ਉਹ ਰੱਦ ਕਰਾਉਣ ਵਾਸਤੇ ਵੱਡਾ ਮੁਜ਼ਾਹਰਾ ਅਸੀਂ ਜਲੰਧਰ 'ਚ ਕੀਤਾ ਸੀ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ। ਉਹਦੇ ਤਰਕਸ਼ੀਲ ਪੜ ਪੜਚੋਲ ਤਰਕਸ਼ੀਲ ਤੌਰ 'ਤੇ ਉਹਦੀ ਪੜਤਾਲ ਨਹੀਂ ਕਰਨ ਦਿੰਦੀ ਉਹਦੀ, ਆਹੀ ਰੌਲਾ। ਹੁਣ ਉਹਦੇ 'ਚ ਮੈਂ ਜਿਹੜੇ ਪ੍ਰਸ਼ਨ ਕੀਤੇ ਸੀ, ਕੀ ਪ੍ਰਸ਼ਨ ਆ ਉਹ? ਪ੍ਰਸ਼ਨ ਇਹੀ ਹੈ ਨਾ ਵੀ ਸੰਸਕ੍ਰਿਤ ਭਾਸ਼ਾ ਭਾਈ 8ਵੀਂ ਸਦੀ ਤੋਂ ਪੁਰਾਣੀ ਹੈ ਨਹੀਂ। ਮੈਂ ਥੋੜ੍ਹਾ ਕਹਿੰਦਾ ਸਾਰੇ ਜਿਹੜੇ ਭਾਸ਼ਾਵਾਂ ਦੇ ਡਾਕਟਰ ਆ ਉਹ ਸਾਰੇ ਇਹ ਗੱਲ ਕਹਿੰਦੇ ਆ। ਫਿਰ ਜਿਹੜੀ ਦੇਵਨਾਗਰੀ ਲਿਪੀ ਹੈ ਉਹ ਵੀ 8ਵੀਂ 9ਵੀਂ ਸਦੀ 'ਚ ਆਈ ਹੈ, ਉਹ ਮੈਂ ਥੋੜ੍ਹਾ ਕਹਿੰਦਾ, ਉਹ ਕਹਿੰਦੇ ਆ, ਉਹ ਕਹਿੰਦੇ ਵੀ ਜੇ ਤੁਸੀਂ ਇਹ ਲਿਖੀ ਹੈ ਰਮਾਇਣ, ਪਹਿਲੀ ਗੱਲ ਤਾਂ ਜਿਹੜੀ ਤੁਲਸੀਦਾਸ ਦੀ ਰਮਾਇਣ ਉਹ ਤਾਂ ਲਿਖੀ 17ਵੀਂ ਸਦੀ ਦੀ ਹੈ, ਉਹ ਤਾਂ ਅਕਬਰ ਦਾ ਸਮਕਾਲੀ ਹੈ ਤੁਲਸੀ, ਤਾਂ ਤੁਲਸੀਦਾਸ ਦੀ ਵੀ ਕਹਿੰਦੇ ਨੇ ਇੱਕ ਉਹਨੇ ਲਿਖੀ ਹੈ, ਉਹਦੇ 'ਚੋਂ ਕੁਛ ਕਾਂਡ ਉਹਨੇ ਕੱਢ ਵੀ ਦਿੱਤੇ, ਆ ਸ਼ੰਭੂਕ ਕਾਂਡ ਅਤੇ ਦੂਜੇ ਕਾਂਡ ਵੀ ਉਹਦੇ 'ਚੋਂ ਕੱਢਤੇ, ਕਿਉਂਕਿ ਉਹ ਬਾਹਲੇ ਚੁਭਦੇ ਸੀ ਇਹਨਾਂ ਨੂੰ, ਉਹ ਇਹਨਾਂ ਨੂੰ ਆਪ ਨੂੰ ਹੀ ਚੁਭਦੇ ਸੀ, RSS ਵੀ ਹੁਣ ਕੱਢੀ ਜਾਂਦੀ ਸਾਰਾ ਕੁਛ ਵਿੱਚੋਂ, ਜਿਹੜਾ ਬਾਹਲਾ ਲੱਗਦਾ ਨਾ ਵੀ ਇਹ ਦਲਿਤ ਵਿਰੋਧੀ ਹੈ ਜਾਂ ਦੂਜਾ, ਉਹ ਕੱਢੀ ਜਾਂਦੀ ਵਿੱਚੋਂ ਆਪਦੇ ਵਿੱਚੋਂ ਹੀ, ਐਂ ਕਹਿ ਕੇ ਵੀ ਅੰਗਰੇਜ਼ਾਂ ਦਾ ਰਲਾਇਆ ਵਾ ਇਹ ਵਿੱਚ, ਐਂ ਕਹਿ ਕੇ ਕੱਢੀ ਜਾਂਦੀ। ਮਤਲਬ ਤਾਂ ਇਹ ਹੈ ਵੀ ਜਦੋਂ ਅਸੀਂ ਇਹੋ ਜਿਹੇ ਸਵਾਲ ਕਰਦੇ ਹਾਂ ਨਾ, ਅਸੀਂ ਸਵਾਲ ਕਰਦੇ ਹਾਂ ਵਿਗਿਆਨਕ ਆਧਾਰ 'ਤੇ, ਉਹਨਾਂ ਕੋਲ ਜਵਾਬ ਕੋਈ ਨਹੀਂ, ਉਹਨਾਂ ਕੋਲ ਫਿਰ ਇੱਕੋ ਹੀ ਆ ਵੀ ਇਕੱਠੇ ਹੋ ਕੇ ਜਾ ਵੜੋ, ਚਲੋ ਥਾਣੇ ਜਾਂ ਦੂਜੇ ਜਿਹੜੇ ਸਾਡੇ ਇਹ ਅਦਾਰੇ ਹੈ, ਇਹ ਅਦਾਰੇ ਕਈ ਵਾਰੀ ਹਿੰਦੂ ਸਿੱਖ ਦੇ ਮਸਲੇ ਤੋਂ ਜਾਂ ਦੂਜਿਆਂ ਮਸਲਿਆਂ ਤੋਂ ਲੜਾਈ ਝਗੜਾ ਰੋਕਣ ਦੇ ਮਾਰੇ ਉਹਨਾਂ ਨੂੰ ਇਹ ਕਦਮ ਚੱਕਣੇ ਵਿਚਾਰਿਆਂ ਨੂੰ ਪੈਂਦੇ ਆ, ਮਜਬੂਰਨ
ਜੀ ਨਹੀਂ ਕਰਦਾ ਹੁੰਦਾ, ਮਜਬੂਰਨ ਉਹਨਾਂ ਨੂੰ ਇਹ ਕੁਛ ਕਰਨਾ ਪੈਂਦਾ। ਅਤੇ ਚਲੋ ਇਹ ਲੜਾਈ ਜਾਰੀ ਹੈ, ਤੇਰੀ ਮਾਫ਼ੀ ਮੰਗਾਉਣ ਵਾਲਾ ਕੰਮ ਹੈ। ਮਾਫ਼ੀ ਤਾਂ ਅਸੀਂ ਤਾਂ ਮੰਨਾਂਗੇ ਨਾ, ਮਾਫ਼ੀ ਤਾਂ ਅਸੀਂ ਤਾਂ ਮੰਨਾਂਗੇ ਜੇ ਅਸੀਂ ਜਿਓਲੋਜੀ ਪੱਖੋਂ ਮਜ਼ਬੂਤ ਨਹੀਂ। ਕਿਵੇਂ ਮਨਾ ਲੈਣਗੇ? ਕੋਈ ਮਤਲਬ ਹੀ ਨਹੀਂ। ਲੜਾਂਗੇ ਅੰਦਰ ਬੈਠੇ ਅੱਗੇ ਬੰਦੇ ਸਾਡੇ, ਹੁਣ ਤੱਕ 8-8 ਸਾਲ ਹੋ ਗਏ, 10-10 ਸਾਲ ਅੰਦਰ ਬੈਠਿਆਂ ਨੂੰ, ਅੰਦਰ ਬੈਠਿਆ ਨਵਲੱਖਾ ਵਰਗੇ ਸੱਚ ਬੋਲਦੇ ਸੀ ਤਾਂ ਹੀ ਬੈਠੇ। ਇਹ ਚੱਕਰ, ਮਤਲਬ ਜਿਹੜੀ ਚਮਤਕਾਰ ਦੀ ਗੱਲ ਜਾਂ ਕਹਿ ਦਿੱਤੀ ਜਾਂਦੀ ਹੈ, ਮਤਲਬ ਆਖਰੀ ਸਵਾਲ ਨਹੀਂ ਵੱਧਦੇ ਹੈ ਵੀ ਸਾਰਾ ਕੁਛ ਹੀ ਕਹਿ ਦਿੱਤਾ ਜਾਂਦਾ ਵੀ ਇਹ ਹੈਗਾ ਜਾਂ ਇਹ ਜਾਂ ਜਾਂ ਇਹਦੀ ਕੋਈ ਵਿਰੋਧ ਤਾਂ ਕਰਦਾ, ਉਹਨੂੰ ਉਹਨੂੰ ਉਹ 'ਤੇ ਡਾਂਗ ਵੀ ਰੱਖ ਲਈ ਜਾਂਦੀ ਹੈ ਵੀ ਕਹਿ ਵੀ ਇਹ ਹੈਗਾ, ਤਾਂ ਵੀ ਇਹ ਚੀਜ਼ਾਂ ਬਸ ਇੱਕ ਧੱਕੇ ਨਾਲ ਧੱਕੇ ਨਾਲ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਜਾਂ ਕਿਹੜੀ ਚੀਜ਼ ਸਾਡਾ ਨੁਕਸਾਨ ਕਰਦੀ ਹੈ, ਹਾਂ ਕਿਸੇ ਹੋਰ ਦਾ ਫਾਇਦਾ ਕਰਦੀ ਹੈ, ਉਹ ਅਸੀਂ ਕਿਉਂ ਮੰਨੀਏ? ਫਾਇਦਾ ਕਰਦੀ ਹੈ ਸਿਰਫ ਉਹ ਜਿਵੇਂ ਕਹਿ ਦਈਏ ਵੀ ਇੱਕ ਦਿਖਾਵੇ ਪਿੱਛੋਂ ਡਰਨ ਪਿੱਛੋਂ। ਹੁਣ ਮੈਂ ਤੁਹਾਨੂੰ ਇਹਦੀ ਇੱਕ ਹੋਰ ਉਦਾਹਰਣ ਦਿੰਦਾ, ਬਹੁਤੇ ਕੇਸ ਇਸ ਕਰਕੇ ਅਸੀਂ ਪੈਸਾ ਨਹੀਂ ਬਣਵਾ ਸਕੇ ਬਈ ਨੂੰਹ ਨੇ ਪੈਸਾ ਸੱਸ ਤੋਂ ਚੋਰੀ ਕਿਸੇ ਸਿਆਣੇ ਨੂੰ ਦੇਤਾ, ਸੱਸ ਨੇ ਮੁੰਡੇ ਤੋਂ ਡਰਦੇ ਨੇ ਜਾਂ ਆਪਦੇ ਘਰ ਵਾਲੇ ਤੋਂ ਡਰਦੀ ਨੇ, ਹੁਣ ਕੇਸ ਕਰਨਾ ਨਹੀਂ ਮੰਨਿਆ, ਸਾਡੇ ਕੋਲ ਆਉਣਾ ਨਹੀਂ ਮੰਨਿਆ, ਊਂ ਪਤਾ ਸਾਡੇ ਕੋਲ ਕੇਸ ਆ ਗਏ ਇਹੋ ਜਿਹੇ ਬਈ ਜੀ ਮੇਰੇ ਤੋਂ ਫਲਾਨਾ ਸਿਆਣਾ ਇੰਨੇ ਪੈਸੇ ਖਾ ਗਿਆ। ਜਦੋਂ ਅਸੀਂ ਉਹਨੂੰ ਕਹਿੰਦੇ ਹਾਂ ਵੀ ਭਾਈ ਕਿਉਂਕਿ ਸਾਨੂੰ ਪਤਾ ਵੀ ਅਸੀਂ ਹੁਣ ਮਦਈ ਤਾਂ ਮਦਈ ਹੈ, ਉਹਨੂੰ ਤਾਂ ਵਿੱਚ ਖੜਨਾ ਪੈਣਾ, ਅਸੀਂ ਇਕੱਲੇ ਤਾਂ ਉਹਦੇ ਖਾਤਰ ਲੜਨਾ ਨਹੀਂ, ਅਸੀਂ ਉਹਨੂੰ ਕਹਿੰਦੇ ਚੰਗਾ ਬੀਬਾ ਲਿਖ ਕੇ ਦਿਓ, ਉਹ ਲਿਖ ਕੇ ਦੇਣ ਦੀ ਬਾਰੀ ਨਹੀਂ ਜੀ ਮੇਰੇ ਘਰਦਿਆਂ ਨੂੰ ਪਤਾ ਲੱਗੂ, ਇਸੇ ਗੱਲ ਦਾ ਫਾਇਦਾ ਉਠਾਈ ਜਾਂਦੇ ਆ। ਜਿੰਨਾ ਚਿਰ ਸਾਡੇ ਅਸੀਂ ਉਹ ਸਾਹਿਤ ਨਹੀਂ ਪੜ੍ਹਦੇ, ਮੈਂ ਫਿਰ ਜ਼ੋਰ ਦਿੰਦਾ ਤੁਸੀਂ ਸਾਹਿਤ ਪੜ੍ਹੋ। ਤਰਕਸ਼ੀਲ ਟੀਵੀ ਨਾਂ ਦਾ ਸਾਡਾ ਟੀਵੀ ਚੱਲਦਾ, ਟੀਵੀ 'ਤੇ ਰੋਜ਼ ਇਹੋ ਜਿਹਾ ਪ੍ਰੋਗਰਾਮ ਆਉਂਦਾ, ਤੁਹਾਡੇ ਵਰਗੇ ਚੈਨਲ ਸੁਣ ਜਿਹੜੇ ਕੁਛ ਜਿਵੇਂ ਕਹਿ ਦਈਏ ਵੀ ਕੁਛ ਰੱਖਦੇ ਆਪਦਾ ਪੱਧਰ ਵੀ ਅਸੀਂ ਭਾਈ ਲੋਕਾਂ 'ਚੋਂ ਗਲਤ ਪੱਖ ਨਹੀਂ ਲੈ ਕੇ ਜਾਣਾ, ਅਸੀਂ ਤਾਂ ਠੀਕ ਗੱਲ ਦੱਸਾਂਗੇ। ਬਹੁਤ ਬਹੁਤ ਧੰਨਵਾਦ, ਕੋਈ ਨਹੀਂ ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਬਹੁਤ ਗੱਲਬਾਤ ਕੀਤੀ ਸੁਰਜੀਤ ਦੌਦਰ ਜੀ ਨਾਲ ਚਮਤਕਾਰ ਦੇ ਉੱਤੇ। ਉਹਨਾਂ ਨੇ ਤੁੰਦਾ ਤਾਂ ਚੈਲੇਂਜ ਹੀ ਰਹਿੰਦਾ ਵੀ ਜੇ ਕੋਈ ਹੈਗਾ ਤਾਂ ਆਓ, ਸ਼ਰਤ ਜਿੱਤੋ, ਇਨਾਮ ਪਾਓ, ਅਤੇ ਉਹਨਾਂ ਨੇ ਇੱਕ ਇੱਕ ਚੀਜ਼ ਦੇ ਉੱਤੇ ਬੜੇ ਵਧੀਆ ਢੰਗ ਦੇ ਨਾਲ ਆਪਦੀ ਗੱਲਬਾਤ ਰੱਖੀ। ਉਮੀਦ ਆ ਤੁਹਾਨੂੰ ਗੱਲਬਾਤ ਪਸੰਦ ਆਵੇਗੀ। ਹੋਰ ਇਸ ਤਰੀਕੇ ਦੀਆਂ ਇੰਟਰਵਿਊ ਲਈ ਦੇਖਦੇ ਰਹੋ ਲੋਕ ਅਵਾਜ਼ ਟੀਵੀ।